ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਢੱਲਾ। ਪੰਜਾਬ ਦੇ ਤਿੰਨ ਵੱਡੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਪੂਰੇ ਪੰਜਾਬ 'ਚ ਸਿਆਸਤ ਗਰਮ ਹੈ। ਉਂਝ 16 ਅਤੇ 17 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਅਤੇ ਬਿਜਲੀ ਦੇ ਸਮਝੌਤਿਆਂ 'ਤੇ ਖਾਸ ਗੱਲ ਹੋ ਸਕਦੀ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਮਤਾ ਲਿਆਂਦਾ ਜਾਵੇ, ਅਕਾਲੀ ਰਾਜ 'ਚ ਹੋਏ ਬਿਜਲੀ ਸਮਝੌਤੇ ਰੱਦ ਕੀਤੇ ਜਾਣ। ਉੱਧਰ ਸੁਖਬੀਰ ਬਾਦਲ ਨੇ ਅੱਜ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਹੈ ਅਤੇ ਬਿਜਲੀ ਸਮਝੌਤਿਆਂ ਦੇ ਮਾਮਲੇ 'ਤੇ ਕਾਂਗਰਸ 'ਤੇ ਗੰਭੀਰ ਇਲਜ਼ਾਮ ਲਾਏ ਨੇ। ਚਰਚਾਵਾਂ ਅਜਿਹੀਆਂ ਵੀ ਨੇ ਕਿ ਕੈਪਟਨ ਅਮਰਿੰਦਰ ਇੱਕ ਵਾਰੀ ਫਿਰ ਅਕਾਲੀ ਦਲ ਨੂੰ ਵਿਧਾਨ ਸਭਾ ਦੇ ਵਿੱਚ ਵੱਡੀ ਸਿਆਸੀ ਸੱਟ ਮਾਰ ਸਕਦਾ ਹੈ। ਹੋ ਸਕਦਾ ਕੈਪਟਨ ਅਮਰਿੰਦਰ ਐਡਾ ਜਿਗਰਾ ਕੱਢੇ ਕਿ ਕਾਂਗਰਸ ਇਹਨਾਂ ਬਿਜਲੀ ਸਮਝੌਤਿਆਂ ਨੂੰ ਇੱਕ ਮਤੇ ਰਾਹੀਂ ਵਿਧਾਨ ਸਭਾ ਦੇ ਵਿੱਚ ਰੱਦ ਕਰ ਦੇ। ਇਹਦੇ ਨਾਲ ਇੱਕ ਵਾਰੀ ਫਿਰ ਪੰਜਾਬ 'ਚ ਮਾਹੌਲ ਅਕਾਲੀ ਦਲ ਦੇ ਖਿਲਾਫ ਖੜਾ ਕੀਤਾ ਜਾ ਸਕਦਾ ਹੈ। ਕਾਂਗਰਸ ਲਈ ਇਹ ਸਿਆਸੀ ਮਜਬੂਰੀ ਹੋ ਸਕਦੀ ਹੈ ਕਿਉਂਕਿ ਪੰਜਾਬ 'ਚ ਕਾਂਗਰਸ ਨੇ ਉਹ ਵਾਅਦੇ ਪੂਰੇ ਨਹੀਂ ਕੀਤੇ ਜਿਹੜੇ ਕਾਂਗਰਸ ਨੇ ਕੀਤੇ ਸੀ। ਕਾਂਗਰਸ ਦੀ ਕਾਰਗੁਜ਼ਾਰੀ ਬਹੁਤੀ ਚੰਗੀ ਨਹੀਂ। ਕਾਂਗਰਸ ਦੇ ਕਈ ਵਿਧਾਇਕ MLA ਖੁੱਲ੍ਹ ਕੇ ਇਸ ਵਕਤ ਕੈਪਟਨ ਅਮਰਿੰਦਰ ਤੋਂ ਨਾਰਾਜ਼ ਨੇ। ਪ੍ਰਤਾਪ ਬਾਜਵਾ ਨੇ ਤਾਂ ਸਿੱਧੀ ਜੰਗ ਛੇੜ ਦਿੱਤੀ ਹੈ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਭਖਦੇ ਮਸਲਿਆਂ 'ਤੇ ਕੈਪਟਨ ਅਮਰਿੰਦਰ ਮੇਰੇ ਨਾਲ ਜਨਤਕ ਬਹਿਸ ਕਰ ਲੈਣ ਅਤੇ ਜਨਤਾ ਨੂੰ ਹੀ ਜੱਜ ਬਣਾ ਦੇਣ। ਸੋ ਲੜਾਈ ਬਾਜਵੇ ਦੀ ਅਤੇ ਕੈਪਟਨ ਅਮਰਿੰਦਰ ਦੀ ਵੀ ਖੁੱਲ੍ਹ ਕੇ ਬਾਹਰ ਆ ਗਈ ਹੈ। ਕੈਪਟਨ ਅਮਰਿੰਦਰ ਵਿਧਾਨ ਸਭਾ 'ਚ ਕੀ ਬਿਜਲੀ ਸਮਝੌਤੇ ਰੱਦ ਕਰਕੇ ਇਸ ਵਿਰੋਧ ਦਾ ਨੱਕਾ ਅਕਾਲੀ ਦਲ ਵੱਲ ਮੋੜਨਗੇ? ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵੀ ਪ੍ਰਾਈਵੇਟ ਮੈਂਬਰ ਬਿੱਲ ਅੱਜ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਮੰਗ ਕੀਤੀ ਹੈ ਸੌਂਪ ਕੇ ਕਿ ਇਸ ਬਿੱਲ ਨੂੰ ਵੀ ਵਿਧਾਨ ਸਭਾ ਦੀ ਕਾਰਵਾਈ ਦਾ ਹਿੱਸਾ ਬਣਾਇਆ ਜਾਵੇ। ਉਂ ਸਮੇਂ ਸਮੇਂ 'ਤੇ ਪ੍ਰਾਈਵੇਟ ਮੈਂਬਰ ਬਿੱਲ ਲੋਕਾਂ ਨੇ ਦਿੱਤੇ ਨੇ, ਇਸ ਤੋਂ ਪਹਿਲਾਂ ਵੀ ਅਮਨ ਅਰੋੜਾ ਨੇ ਦਿੱਤੇ ਨੇ, HS ਫੂਲਕਾ ਨੇ ਵੀ ਦਿੱਤੇ ਸੀ, ਪਰ ਉਹ ਵਿਧਾਨ ਸਭਾ ਦੇ ਪਟਲ ਦੇ ਉੱਤੇ ਆਏ ਨਹੀਂ। ਪਰ ਵਿਧਾਨ ਸਭਾ ਦਾ ਸੈਸ਼ਨ ਇਹ ਕਈ ਮਾਇਨਿਆਂ ਦੇ ਵਿੱਚ ਪੰਜਾਬ ਦੀ ਸਿਆਸਤ ਬਦਲਣ ਵਾਲਾ ਹੋਊਗਾ। ਹੁਣ ਵੇਖਣ ਵਾਲੀ ਗੱਲ ਇਹ ਰਹੂਗੀ ਕਿ ਵਿਧਾਨ ਸਭਾ 'ਚ ਕੀ ਹੁੰਦਾ। ਉਂਝ ਵਿਧਾਨ ਸਭਾ ਤੋਂ ਬਾਹਰ 18 ਜਨਵਰੀ ਨੂੰ ਦਿੱਲੀ 'ਚ ਢੀਂਡਸੇ ਨੇ, ਮਨਜੀਤ ਸਿੰਘ GK ਨੇ ਔਰ ਸਰਨੇ ਨੇ ਔਰ ਅਕਾਲੀ ਦਲ ਦੇ ਸਾਰੇ ਵਿਰੋਧੀ ਅਕਾਲੀਆਂ ਨੇ ਔਰ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਦਿੱਲੀ 'ਚ ਮੀਟਿੰਗ ਸੱਦ ਲਈ 18 ਜਨਵਰੀ ਨੂੰ ਚੋਣਾਂ ਨੂੰ ਲੈ ਕੇ। BJP ਵੀ ਚਿੰਤਿਤ ਹੈ ਵੀ ਕਿਤੇ ਢੀਂਡਸਾ ਦੀ ਅਗਵਾਈ 'ਚ ਸਾਰੇ ਬਾਦਲ ਵਿਰੋਧੀ ਕਿਤੇ ਆਮ ਆਦਮੀ ਪਾਰਟੀ ਨੂੰ ਸਪੋਰਟ ਨਾ ਕਰ ਦੇਣ। ਸੋ ਸਵਾਲ ਦਿੱਲੀ ਦੀ ਸਿਆਸਤ ਦੇ ਵਿੱਚ ਵੀ ਉਬਾਲੇ ਮਾਰ ਰਿਹਾ ਕਿ ਹੁਣ ਢੀਂਡਸਾ ਦਿੱਲੀ 'ਚ ਕੀ ਕਰੂਗਾ, ਕਿ ਦਿੱਲੀ ਜਾ ਕੇ ਢੀਂਡਸਾ ਵੀ ਸੁਖਬੀਰ ਬਾਦਲ ਨੂੰ ਸਿਆਸੀ ਸੱਟ ਮਾਰੂਗਾ, ਸਵਾਲ ਇਹ ਵੀ ਬਹੁਤ ਵੱਡਾ। ਪਹਿਲਾਂ ਅੱਜ ਦੇ ਪੋਲੀਟੀਕਲ ਰਿਐਕਸ਼ਨ। ਮੈਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿਤਾ ਹੂੰ ਕਿ ਉਸਕੀ ਮਨ ਮੇਂ ਖਾਹਿਸ਼ ਹੋ ਸਕਤੀ ਉਸ ਨੇ ਚੀਫ ਮਿਨਿਸਟਰ ਬਣਨਾ ਹੈ, ਬਣੇ ਇਸ ਉਸਕੀ ਕਿਸਮਤ ਉਸਕੇ ਸਾਥ ਹੈ, ਮਗਰ ਪ੍ਰੈਸ ਮੇਂ ਜਾਣੇ ਕੀ ਬਜਾਏ ਹਾਈ ਕਮਾਂਡ ਕੇ ਪਾਸ ਜਾ ਕੇ ਜੋ ਉਸਨੇ ਕਹਿਣਾ ਕਹੇ, ਜੋ ਸਰਕਾਰ ਕੇ ਕਹਿਣਾ ਉਸਕਾ ਬਣਤਾ ਹੈ ਕਹੇ, ਮਗਰ ਇਹ ਪ੍ਰੈਸ ਮੇਂ ਜਾ ਕੇ ਜੇ ਕਾਂਗਰਸ ਪਾਰਟੀ ਕੋ ਡੈਮੇਜ ਕਰ ਰਿਹਾ ਇਹ ਉਸਕੇ ਲਈ ਅੱਛਾ ਨਹੀਂ ਹੈ। ਅਸੀਂ ਤਾਂ ਇਹਨਾਂ ਨੂੰ ਇੰਨੀ ਗੱਲ ਕਹਿ ਰਹੇ ਹਾਂ ਕਿ ਰੀਵਿਜ਼ਿਟ ਕਰੋ, ਜਿਹੜੇ ਪੁਰਾਣੇ ਤੁਹਾਡੇ ਐਗਰੀਮੈਂਟ ਹੋਏ ਨੇ ਉਹਨਾਂ ਨੂੰ ਕੈਂਸਲ ਕਰੋ। ਲੋਕਾਂ ਨੂੰ ਸਸਤੀ ਬਿਜਲੀ ਦਿੱਤੀ, ਜੇ 12 ਵਾਰ ਅਸੀਂ ਇਹ ਸਰਕਾਰ ਦੇ ਵਿੱਚ ਬਿਜਲੀ ਵਧਾ ਲਈ, ਕਿੰਨਾ ਚਿਰ ਗਰੀਬ ਲੋਕ ਜਿਹੜੇ ਨੂੰ ਚੱਲਦੇ ਰਹੇਗੇ? ਇੰਡਸਟਰੀ ਨੂੰ ਅਸੀਂ ਕਿਹਾ ਸੀ 5 ਰੁਪਏ ਦਾਂਗੇ, 12 ਰੁਪਈਏ ਦੀ ਮਿਲ ਰਹੀ ਹੈ ਇੰਡਸਟਰੀ, ਘਰਾਂ ਦੇ ਬਿੱਲ 10 ਰੁਪਏ ਤੋਂ ਉੱਤੇ ਆ ਰਹੇ ਨੇ, ਸਾਰੇ ਆਲੇ ਦੁਆਲੇ ਦੀਆਂ ਸਟੇਟਾਂ ਵਿੱਚ ਬਿਜਲੀ ਦੇ ਰੇਟ ਘੱਟ ਨੇ। ਅਸੀਂ ਵਚਨਬੱਧ ਸੀ ਪੰਜਾਬ ਦੇ ਲੋਕਾਂ ਨੂੰ, ਜੇ ਤੁਸੀਂ ਵੋਟਾਂ ਲਈਆਂ ਇਹ ਜ਼ੁਬਾਨ ਦੇ ਕੇ ਲਈਆਂ ਨੇ ਕਿ ਜਿਹੜੀਆਂ ਪਿਛਲੇ PPPs ਕੀਤੇ ਸੀ ਸੁਖਬੀਰ ਸਿੰਘ ਬਾਦਲ ਨੇ ਵੱਡੇ ਪੈਮਾਨੇ ਤੇ ਲੁੱਟ ਕੀਤੀ ਸੀ, ਅਸੀਂ ਉਹ ਕੈਂਸਲ ਕਰਾਂਗੇ। ਤੁਸੀਂ ਗੱਲ ਸਮਝਦੇ ਨਹੀਂ, ਪੰਜਾਬ ਵਿੱਚ ਕੋਈ ਮੁੱਖ ਮੰਤਰੀ ਨਹੀਂ ਹੈ, ਪੰਜਾਬ ਦੀ ਸਰਕਾਰ ਹੀ ਹੈਣੀ ਹੈ, ਸਰਕਾਰ ਅਫਸਰ ਚਲਾ ਰਹੇ ਹੈ, ਜਿਹੜੇ ਮੰਤਰੀ ਤੇ ਮੁੱਖ ਮੰਤਰੀ ਲੁੱਟਣ ਤੇ ਲੱਗੇ। ਬਿਲਕੁਲ ਬਿਲਕੁਲ, ਮੈਂ ਤਾਂ ਪਹਿਲਾਂ ਹੀ ਲਿਖ ਕੇ ਸਪੀਕਰ ਸਾਹਿਬ ਨੂੰ ਕਿਹਾ ਸੀਗਾ ਕਿ ਜਿਹੜਾ ਸੈਸ਼ਨ ਹੈ ਵਿਧਾਨ ਸਭਾ ਦਾ, ਖਾਸ ਤੌਰ 'ਤੇ ਪਾਵਰ ਪਰਚੇਜ ਨੂੰ ਲੈ ਕੇ, CAA ਨੂੰ ਲੈ ਕੇ, ਇਹ ਜਿਹੜਾ ਲੰਬਾ ਹੋਣਾ ਚਾਹੀਦਾ, CAA ਨੂੰ ਲੈ ਕੇ ਜਿਹੜਾ 2 ਦਿਨ ਦਾ ਹੋਣਾ ਚਾਹੀਦਾ, ਪਾਵਰ ਪਰਚੇਜ ਨੂੰ ਲੈ ਕੇ 1 ਦਿਨ ਦਾ ਹੋਣਾ ਚਾਹੀਦਾ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਵੀ ਸਾਡੀ ਲੁੱਟ ਖਸੁੱਟ ਦਾ ਜਿਹੜਾ ਮਾਫੀਆ ਰਾਜ ਪੰਜਾਬ 'ਚ ਪੈਦਾ ਹੋਇਆ ਸੀ, ਜਿਹੜਾ ਸੁਖਬੀਰ ਸਿੰਘ ਬਾਦਲ ਨੇ ਪੈਦਾ ਹੋਇਆ ਸੀਗਾ, ਜਿਹੜਾ ਅੱਜ ਕੰਟੀਨਿਊ ਚੱਲ ਰਿਹਾ, ਉਹਦੀ ਨਜਾਤ ਕਿਵੇਂ ਮਿਲਣੀ ਆ? ਸੋ ਇਸ ਗੱਲ ਕਰਕੇ ਅਸੀਂ ਮੰਗ ਕਰ ਰਹੇ ਹਾਂ। ਸੋ ਤੁਸੀਂ ਵੱਖ ਵੱਖ ਪੋਲੀਟੀਕਲ ਰਿਐਕਸ਼ਨ ਸੁਣੇ, ਸਟੂਡੀਓ 'ਚ ਪ੍ਰਮੁੱਖ ਧਿਰਾਂ ਦੇ ਨੁਮਾਇੰਦੇ ਮੌਜੂਦ ਨੇ। ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਨੇ ਹਰਸ਼ ਸ਼ਰਮਾ, ਜਿਹੜੇ ਕਿ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਵੀ ਆਗੂ ਨੇ, ਸਵਾਗਤ ਹੈ ਜੀ। ਔਰ ਸਾਡੇ ਨਾਲ ਵਰੁਣ ਮਹਿਤਾ ਨੇ, ਕਾਂਗਰਸ ਨਾਲ ਸੰਬੰਧ ਹੈ, ਵਰੁਣ ਮਹਿਤਾ ਜਾਗਰੂਕ ਆਗੂ ਨੇ। ਔਰ ਸਾਡੇ ਨਾਲ ਨੇ ਬਲੌਰ ਸਿੰਘ ਮੁੱਲਾਪੁਰ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਆਗੂ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸੋ ਇੱਕ ਇੱਕ ਕਰਕੇ ਸਾਰੀਆਂ ਧਿਰਾਂ ਦੀ ਜਿਹੜੀ ਟਿੱਪਣੀਆਂ ਜ਼ਰੂਰ ਲਊਂਗਾ। ਬਲੌਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਅੱਜ ਆਮ ਆਦਮੀ ਪਾਰਟੀ ਵਾਲੇ ਤੁਹਾਡੇ ਮਿਲ ਕੇ ਆਏ ਨੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ, ਇਹ ਸੈਸ਼ਨ ਵਿਧਾਨ ਸਭਾ ਦਾ ਕਿਸ ਦਿਸ਼ਾ 'ਚ ਜਾਂਦਾ ਤੁਹਾਨੂੰ ਲੱਗਦਾ? ਕਿ ਗੱਲ ਸੁਣੀ ਜਾਊਗੀ ਵਿਧਾਨ ਸਭਾ ਦੇ ਸੈਸ਼ਨ 'ਚ ਤੁਹਾਡੀ? ਪਹਿਲਾਂ ਤੁਸੀਂ 20 ਸੀ, ਹੁਣ ਤੁਸੀਂ ਟੁੱਟ ਗਏ ਹੋ, ਘੱਟ ਰਹਿ ਗਏ ਹੋ। ਗੱਲ ਤੁਹਾਡੀ ਸੁਣ ਲੂਗਾ ਕੋਈ ਬਿਜਲੀ ਸਮਝੌਤਿਆਂ ਬਾਰੇ ਵਿਧਾਨ ਸਭਾ ਦੇ ਸੈਸ਼ਨ 'ਚ,
या जो कैप्टन की मर्जी होगी उही होगा। ਟੱਲਾ ਸਾਹਿਬ ਪਹਿਲੀ ਤਾਂ ਗੱਲ ਇਹ ਆ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਇਹਦੇ ਵਿੱਚ ਆਮ ਆਦਮੀ ਪਾਰਟੀ ਕੰਨਿਓ ਪਹਿਲਾਂ ਤਾਂ ਅਸੀਂ ਆਪਣੀ ਤਾਕਤ 10 ਤਰੀਕ ਨੂੰ ਦਿਖਾ ਚੁੱਕੇ ਹਾਂ। ਉਹ 'ਚ ਸਰਕਾਰਾਂ ਨੇ ਵੀ ਦੇਖ ਲਿਆ, ਸਾਰੇ ਚੈਨਲਾਂ ਨੇ ਵੀ ਦੇਖ ਲਿਆ, ਪੰਜਾਬ ਦੇ ਲੋਕ ਇਸ ਮੁੱਦੇ 'ਤੇ ਖੁੱਲ੍ਹ ਕੇ ਬਾਹਰ ਆਏ ਨੇ ਬਿਜਲੀ 'ਤੇ, ਸਿਰਫ ਅਕਾਲੀ ਔਰ ਕਾਂਗਰਸ ਕਰਾ ਲਏ ਤੁਸੀਂ ਬਿਜਲੀ 'ਤੇ। ਹਾਂ, ਅਤੇ ਉਸ ਤੋਂ ਬਾਅਦ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ 16 ਅਤੇ 17 ਤਰੀਕ ਦਾ, ਇਹ ਦੋ ਦਿਨ ਆਮ ਆਦਮੀ ਪਾਰਟੀ ਕੰਨਿਓ ਇੱਕੋ ਹੀ ਮੰਗ ਰੱਖੀ ਜਾਣੀ ਆ, ਕਿਉਂਕਿ ਇਹ ਦੋਨੇ ਹੀ ਪਾਰਟੀਆਂ ਅਕਾਲੀ ਔਰ ਕਾਂਗਰਸ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ। ਰੇਟ ਕਾਂਗਰਸ ਵਧਾ ਰਹੀ ਆ, ਨੌ ਅਕਾਲੀ ਦਲ ਦਾ ਰੈਲ ਆ ਰਹੀ ਆ। ਜਿਵੇਂ ਅਰਵਿੰਦ ਕੇਜਰੀਵਾਲ ਜੀਆਂ ਨੇ ਆਉਂਦੇ ਸਾਰ ਹੀ ਦਿੱਲੀ ਦੇ ਵਿੱਚ ਜੋ ਬਿਜਲੀ ਦੇ ਸਮਝੌਤੇ ਕੀਤੇ ਸੀ ਉਹ ਰੱਦ ਕਰਕੇ ਨਵੇਂ ਜਿਹੜੇ ਸਮਝੌਤੇ ਕੀਤੇ ਆ ਉਹਦੇ ਹਿਸਾਬ ਨਾਲ ਬਿਜਲੀ ਦੇ ਰਹੇ ਨੇ ਉੱਤੇ। ਅਤੇ ਇੱਥੇ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਕਿ ਅਕਾਲੀ ਦਲ ਕਹਿੰਦਾ ਅਸੀਂ ਨਹੀਂ ਕੀਤੇ, ਮਨਮੋਹਨ ਸਿੰਘ ਨੇ ਕੀਤੇ ਸੀ, ਮਨਮੋਹਨ ਸਿੰਘ ਨੇ ਉਸ ਤੋਂ ਇੱਕ ਸਾਲ ਬਾਅਦ ਕੀਤੇ ਨੇ ਸਮਝੌਤੇ, ਉਹ ਜਿਹੜਾ ਅਕਾਲੀ ਦਲ ਨੇ ਪਹਿਲਾਂ ਕਰ ਲਏ ਸੀ। ਦੋਨੇ ਹੀ ਪਾਰਟੀਆਂ ਕੈਪਟਨ ਔਰ ਬਾਦਲ ਪਰਿਵਾਰ ਇਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ, ਲੁੱਟ ਰਹੇ ਨੇ। ਸਮਝੌਤੇ ਬਾਦਲਾਂ ਦੇ ਕੀਤੇ ਹੋਏ ਨੇ, ਰੇਟ ਕਾਂਗਰਸ ਵਧਾ ਰਹੀ ਆ। ਆਮ ਆਦਮੀ ਪਾਰਟੀ ਦਾ ਇਹੀ ਸੈਸ਼ਨ ਦੇ ਵਿੱਚ ਜੋ ਰਹੂਗਾ ਕਿ ਇਹਨਾਂ ਨੂੰ ਰੱਦ ਕਰਵਾਇਆ ਜਾਵੇ, ਮੰਗ ਪੱਤਰ ਦਿੱਤਾ ਜਾਊ, ਅੱਜ ਰਾਜਪਾਲ ਜੀ ਨੂੰ ਵੀ ਦਿੱਤਾ ਅਤੇ ਕੱਲ੍ਹ ਨੂੰ ਅਤੇ ਪਰਸੋਂ ਨੂੰ ਦੋ ਦਿਨਾਂ ਦੇ ਸੈਸ਼ਨ ਦੇ ਵਿੱਚ ਵੀ ਇਹੀ ਮੰਗ ਰੱਖੀ ਜਾਊਗੀ ਵੀ ਜੇ ਜਾਂ ਰੇਟ ਵਾਪਸ ਲੈ ਜਾਣ ਜਾਂ ਸਮਝੌਤੇ ਰੱਦ ਕਰਾਏ ਜਾਣ। ਚਲੋ, ਤੁਹਾਡੀ ਗੱਲ ਆ ਗਈ ਹਰਜੀ। ਅਕਾਲੀ ਬੀਜੇਪੀ ਦਾ ਸਟੈਂਡ ਕੀ ਹੈ? ਸੁਖਬੀਰ ਕਹਿੰਦਾ ਵੀ ਅਸੀਂ ਸਮਝੌਤੇ ਕੀਤੇ ਸਹੀ ਕੀਤੇ ਹੈ, ਕੇਂਦਰ ਦੀ ਪਾਲਿਸੀ ਦੇ ਮੁਤਾਬਕ ਕੀਤੇ ਹੈ। ਉਹ ਇਲਜ਼ਾਮ ਕੈਪਟਨ ਅਮਰਿੰਦਰ 'ਤੇ ਲਾਉਂਦੇ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਕਰਪਸ਼ਨ ਕਰ ਰਹੀ ਹੈ ਬਿਜਲੀ ਦੇ ਮਾਮਲੇ 'ਚ। ਦੇਖੋ ਗੱਲ ਇਸ ਤਰ੍ਹਾਂ ਡੱਲਾ ਸਾਹਿਬ, ਜਦੋਂ ਤਾਂ ਇਹ ਸਮਝੌਤੇ ਕੀਤੇ ਸੀ ਉਸ ਵੇਲੇ ਪੰਜਾਬ, ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਿਜਲੀ ਦੇ ਹਾਲਾਤ ਬੜੇ ਮਾੜੇ ਰਹੇ ਆ। ਅਸੀਂ ਸਾਰੇ ਜਾਣਦੇ ਹਾਂ ਵੀ ਲੰਬੇ ਕੱਟ ਅਸੀਂ ਲੋਕ ਝੇਲਦੇ ਰਹੇ ਹਾਂ। ਸਾਡੀ ਸਰਕਾਰ ਉਸ ਵੇਲੇ ਨੇ ਜਿਹੋ ਜਿਹੀ ਵੀ ਉਸ ਵੇਲੇ ਸਥਿਤੀਆਂ ਸੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਬੈਸਟ ਹੋ ਸਕਦਾ ਸੀ ਉਹ ਕਰਦੇ ਹੋਏ ਉਹ ਸਮਝੌਤੇ ਕੀਤੇ। ਸ਼ਹਿਰਾਂ ਦੀ ਜਨਤਾ, ਲੁਧਿਆਣੇ ਦੀ ਜਨਤਾ ਇਹ ਜਾਣਦੀ ਹੈ ਵੀ ਸਾਡੀ ਸਰਕਾਰ ਦੇ ਦੌਰਾਨ ਗਰਮੀਆਂ ਦੇ ਵਿੱਚ ਵੀ ਕੱਟ ਲੱਗਣੇ ਬੰਦ ਹੋ ਗਏ ਸੀ, ਲੇਕਿਨ ਜਿੱਦਾਂ ਹੀ ਸਾਡੀ ਸਰਕਾਰ ਪੰਜਾਬ 'ਚੋਂ ਗਈ ਹੈ ਪਿਛਲੇ 2-2.5 ਸਾਲ ਦੇ ਵਿੱਚ, ਅੱਜ ਸਰਦੀਆਂ ਦੇ ਵਿੱਚ ਹੀ, ਕੱਲ੍ਹ ਲੋਹੜੀ ਦਾ ਪਰਸੋਂ ਤਿਉਹਾਰ ਸੀ ਅਤੇ ਸਾਰਾ ਦਿਨ ਲੁਧਿਆਣੇ ਸ਼ਹਿਰ ਦੀ ਬਿਜਲੀ ਉਸ ਦੌਰਾਨ ਵੀ ਬੰਦ ਰਹੀ ਹੈ। ਸਰਦੀਆਂ ਦੇ ਵਿੱਚ ਵੀ ਇਹ ਹਾਲਾਤ ਬਣੇ ਹੋਏ ਆ। ਸੋ ਇਹ ਜਿਹੜੀ ਮੌਜੂਦਾ ਸਰਕਾਰ ਹੈ ਇਹਦੀ ਮੈਨੇਜਮੈਂਟ ਜਿਹੜੀ ਹੈ ਇਹ ਬਿਲਕੁਲ ਹੀ ਖਰਾਬ ਹੋ ਚੁੱਕੀ ਹੈ, ਮਿਸਮੈਨੇਜਮੈਂਟ ਹੈ। ਇਹ ਜਾਣ ਬੁੱਝ ਕੇ ਹੁਣ ਆਪਣੀ ਮਿਸਮੈਨੇਜਮੈਂਟ ਦਾ ਠੀਕਰਾ 5-7 ਸਾਲ 10 ਸਾਲ ਪਹਿਲਾਂ ਹੋਏ ਸਮਝੌਤਿਆਂ ਦੇ ਪਾ ਕੇ ਆਪਣੀ ਨਾਕਾਮੀਆਂ ਤੋਂ ਬਚਣਾ ਚਾਹੁੰਦੇ ਆ। ਔਰ ਸਰਕਾਰ ਤਾਂ ਬੇਸਿਕਲੀ ਚੱਲ ਹੀ ਨਹੀਂ ਰਹੀ, ਇਹਨਾਂ ਤਾਂ ਅਫਸਰ ਚਲਾ ਰਹੇ ਆ। ਸੋ ਸਰਕਾਰ ਜਿਹੜੇ ਚੁਣੇ ਹੋਏ ਪ੍ਰਤੀਨਿਧੀ ਲੋਕਾਂ ਨੇ ਭੇਜੇ ਹੈ ਜਿਨ੍ਹਾਂ ਦਾ ਕੰਮ ਹੈ ਅਫਸਰਸ਼ਾਹੀ 'ਤੇ ਨਕੇਲ ਪਾ ਕੇ ਰੱਖਣਾ, ਸਾਰੀਆਂ ਚੀਜ਼ਾਂ ਨੂੰ ਚੈੱਕ ਕਰਨਾ, ਉਹ ਤਾਂ ਆਪਣੀ ਡਿਊਟੀ ਤੋਂ ਭੱਜ ਗਏ ਆ। ਅਤੇ ਅਫਸਰ ਜਿਹੜੇ ਆ ਉਹ ਆਪਣੇ ਮਨਮਰਜ਼ੀ ਦੇ ਮੁਤਾਬਕ ਇਹ ਸਰਕਾਰ ਨੂੰ ਚਲਾ ਰਹੇ ਆ। ਔਰ ਇਹ ਗੱਲ ਤਾਂ ਵਾਰੀ ਵਾਰੀ ਸਮਝ ਆਉਂਦੀ ਰਹੀ ਹੈ ਸਾਰੇ ਵਿਧਾਇਕਾਂ ਨੇ, ਅਸੀਂ ਦੇਖਿਆ ਵਾ ਕੈਪਟਨ ਦੇ ਖਿਲਾਫ਼ ਆਵਾਜ਼ ਵੀ ਵਾਰੀ ਵਾਰੀ ਚੁੱਕੀ ਹੈ, ਕਿਸੇ ਨੇ ਦੱਬੀ ਜਵਾਨ 'ਚ ਚੱਕੀ ਹੈ, ਕਿਸੇ ਨੇ ਖੁੱਲ੍ਹ ਕੇ ਚੱਕੀ ਹੈ। ਜਿਹੜੀ ਮੈਨੇਜਮੈਂਟ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ 16-17 ਨੂੰ 78 ਸੀਟਾਂ ਨੇ ਕਾਂਗਰਸ ਕੋਲ ਬਹੁਮਤ ਹੈ, ਜੇ ਬਹੁਮਤ 'ਚ ਮਤਾ ਪਾ ਕੇ ਕਾਂਗਰਸ ਬਿਜਲੀ ਸਮਝੌਤੇ ਰੱਦ ਕਰ ਦਿੰਦੀ ਹੈ ਇਹ ਪ੍ਰਭਾਵ ਨਹੀਂ ਜਾਊਗਾ ਪੰਜਾਬ ਦੇ ਲੋਕਾਂ 'ਚ ਵੀ ਸੱਚਮੁੱਚ ਕਿਤੇ ਅਕਾਲੀਆਂ ਨੇ ਸਮਝੌਤੇ ਗਲਤ ਤਾਂ ਨਹੀਂ ਕੀਤੇ? ਦੇਖੋ ਜੋ ਵੀ ਹੋਣਾ ਚਾਹੀਦਾ ਨਾ ਉਹ ਪੰਜਾਬ ਦੀ ਜਨਤਾ ਦੇ ਬੈਨੀਫਿਟ ਲਈ ਹੋਣਾ ਚਾਹੀਦਾ। ਐਟ ਪ੍ਰੈਜ਼ੈਂਟ ਜੇ ਸਿਚੁਏਸ਼ਨ ਇਹ ਲੱਗ ਰਹੀ ਹੈ ਵੀ ਉਹ ਜਿਹੜੇ ਸਮਝੌਤੇ ਆ ਜਿੱਦਾਂ ਕਾਂਗਰਸ ਅਲਜ ਕਰਦੀ ਹੈ, ਕਹਿੰਦੀ ਹੈ, ਦੋਸ਼ ਲਾਉਂਦੀ ਹੈ ਵੀ ਠੀਕ ਨਹੀਂ ਹੈ, ਅਤੇ ਫਿਰ ਉਹਨਾਂ ਨੂੰ ਉਹਦਾ ਅਲਟਰਨੇਟ ਲੈ ਕੇ ਆਉਣਾ ਚਾਹੀਦਾ। ਇਕੱਲਾ ਸਾਡੀ ਸਰਕਾਰ ਦੇ ਠੀਕਰਾ ਫੋੜਨ ਦੇ ਨਾਲ ਡੱਲਾ ਜੀ ਕੰਮ ਖਤਮ ਨਹੀਂ ਹੋ ਜਾਣਾ। ਲੋਕਾਂ ਨੇ ਇਹਨਾਂ ਨੂੰ ਇਹ ਨਹੀਂ ਕਹਿਣਾ ਵੀ ਠੀਕ ਹੈ ਜੀ ਕਿਉਂਕਿ ਤੁਸੀਂ ਸਹੀ ਕਰ ਰਹੇ ਹੋ, ਤੁਸੀਂ ਜਾਂਦੇ ਆਏ ਹੋ 2 ਸਾਲ ਦੇ ਵਿੱਚ 10-11 ਵਾਰੀ ਤੁਸੀਂ ਬਿਜਲੀ ਦੇ ਰੇਟ ਵਧਾ ਦਿੱਤੇ ਆ, ਲੋਕੀ 12 ਵਾਰੀ, ਤੁਸੀਂ ਤਾਂ ਇਹਦਾ ਅਲਟਰਨੇਟ ਦਿਓ। ਜੇ ਤੁਸੀਂ ਰੋਜ਼ ਸਵੇਰੇ ਉੱਠ ਕੇ ਕਹਿੰਦੇ ਹੋ ਵੀ ਸਾਰਾ ਕੁਝ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਕਰਕੇ ਗੜਬੜ ਹੋ ਰਿਹਾ, ਫਿਰ ਤੁਸੀਂ ਉਹਦਾ ਅਲਟਰਨੇਟ ਪ੍ਰੋਵਾਈਡ ਕਰਾਓ। ਉਨੀ ਵਾਰੀ ਕੱਚੇ ਪੇਪਰ ਨਹੀਂ ਹੁੰਦੇ ਪੰਜਾਬ 'ਚ ਸਕੂਲਾਂ 'ਚ ਜਿੰਨੀ ਵਾਰੀ ਇਹ ਬਿਜਲੀ ਬਿੱਲੀ ਵਾਰੀ ਵੱਲ ਦੱਸੋ। ਸਰਕਾਰ ਜਿਹੜੀ ਮੌਜੂਦਾ ਵੈ ਜੇ ਉਹ ਸੱਚੀ ਜੋ ਕਹਿੰਦੀ ਹੈ ਔਰ ਐਸਾ ਫੀਲ ਕਰਦੀ ਹੈ ਵੀ ਇਹ ਸਾਰਾ ਕੁਝ ਗਲਤ ਹੈ ਤੇ ਉਹਨੂੰ ਠੀਕ ਕਰੇ, ਫਿਰ ਉਹ ਸਮਝੌਤੇ ਰੱਦ ਕਰੇ, ਨਵੇਂ ਸਮਝੌਤੇ ਕਰੇ, ਕਿਸੇ ਤਰੀਕੇ ਵੀ ਐਟ ਪ੍ਰੈਜ਼ੈਂਟ ਜੋ ਵੀ ਬੈਸਟ ਜਨਤਾ ਦੇ ਹਿੱਤ 'ਚ ਹੋ ਸਕਦਾ ਉਹ ਕਰੇ ਔਰ ਜਿਹੜਾ ਬਿਜਲੀ ਦਾ ਰੇਟ ਵਧੇ ਉਹ ਵਾਪਸ ਲਵੇ। ਸਵਾਲ ਕਈ ਨੇ, ਵਰੁਣ ਮਹਿਤਾ ਜੀ, ਪ੍ਰਤਾਪ ਬਾਜਵੇ ਨੇ ਹੁਣ ਉਹ ਕੰਮ ਕੀਤਾ ਜਿਹੜਾ ਸਿੱਧੂ ਵੀ ਕਰ ਰਿਹਾ ਸੀ। ਪ੍ਰਤਾਪ ਬਾਜਵਾ ਕਹਿੰਦਾ ਕਿ ਪੰਜਾਬ ਦੀ ਸਰਕਾਰ ਨੂੰ ਰੱਦ ਕਰ ਦੇਣੇ ਸਮਝੌਤੇ ਚਾਹੀਦੇ ਆ। ਕੈਪਟਨ ਅਮਰਿੰਦਰ ਨੂੰ ਪ੍ਰਤਾਪ ਬਾਜਵਾ ਨੇ ਇਹੀ ਕਿਹਾ ਨਾ, ਸਾਰੇ ਤੁਹਾਡੇ ਮੰਤਰੀ ਕੈਬਨਿਟ ਕਹਿੰਦੇ ਪ੍ਰਤਾਪ ਬਾਜਵਾ ਤੋਂ ਨਾਰਾਜ਼ ਹੋ ਗਏ ਵੀ ਬਾਜਵੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਬਾਜਵਾ ਸਰਕਾਰ ਵਿਰੋਧੀ ਗਤੀਵਿਧੀਆਂ ਕਰ ਰਿਹਾ। ਕੀ ਲੱਗਦਾ ਪ੍ਰਤਾਪ ਬਾਜਵਾ ਨੇ ਜੇ ਸਿੱਧੂ ਵਾਂਗ ਆਜ਼ਾਦ ਭੂਮਿਕਾ ਨਿਭਾਈ ਹੈ ਤਾਂ ਕਾਂਗਰਸੀਆਂ ਨੂੰ ਸਨਮਾਨ ਨਹੀਂ ਕਰਨਾ ਚਾਹੀਦਾ? ਕਾਂਗਰਸੀਆਂ ਦੀ
आम जिहड़े कांग्रेसी आ उन्हां दी मंग की, उह उन्हां दी सोच की आ? उह खुश ने वी कैप्टन अमरिंदर दे राज च बिजली दा मुल वध रहा है, या बिजली दा मुल वधण तों तुसीं वी दुखी हो, तुहाडे घर वी लाटू चलदे होणे बिजली वाले? डल्ला जी, मैं देखो जिथे तक सरदार प्रताप सिंह बाजवाई दी गल है, जिहड़े लोक पक्षी लोक हितैषी कोई भी मंग है उहदा डट के समर्थन करना चाहीदा वा। और बिजली दे जिते तक रेटां दी गल है, आम घर तो लैके बेशक इंडस्ट्री है, घरेलू उत्पाद है या व्यापारक उत्पाद है, हरेक कोई प्रभावित हुंदा वा। उहदे लई आवाज़ चकनी चंगी गल है कि किते ना किते जिहड़ी राजनीति दे म्याद तो उपर उठ के लोकां दे हक सच दी आवाज़ नूं बुलंद करिए। पंजाब सरकार नूं और कैप्टन अमरिंदर सिंह जी नूं जरूर सोचना चाहिए कि जिहड़ा आम लोकां नाल जुड़िया होया इशू है उहदे ते गंभीरता नाल विचार किया जाए। दूजी गल आती है जिते समझौतियां दी गल, आपां एग्रीमेंट जिहड़े प्राइवेट सैक्टर दे नाल होए हुए है, देखो कुछ टैक्नीकली ऐसे फॉर्मेट हुंदे ने इक्को दम कोई भी सरकार उहनूं नहीं कर सकती। जिहड़ियां पिछलियां सरकारां ने उस समय दे हालातां नूं या जिस तरह भी किया वा, नहीं पर पंजाब कैप्टन अमरिंदर ने ਪਾਣੀਆਂ ਦੇ ਸਮਝੌਤੇ ਤਾਂ ਝੱਟ ਤੋੜਦੇ ਸੀ। ਉਦੋਂ ਤੁਸੀਂ ਕਹਿੰਦੇ ਸੀ ਕੈਪਟਨ ਅਮਰਿੰਦਰ ਪਾਣੀਆਂ ਦਾ ਰੱਖ ਹੈ, ਬਿਜਲੀ ਦਾ ਰੱਖ ਨਹੀਂ। ਡੱਲਾ ਜੀ, ਮੈਂ ਉਹੀ ਗੱਲ ਤੁਹਾਨੂੰ ਕਰਨ ਲੱਗਾ ਕਿ ਜਿਹੜੇ ਪ੍ਰਾਈਵੇਟ ਸੈਕਟਰ, ਦੇਖੋ ਸਰਕਾਰਾਂ ਦੇ ਨਾਲ ਅੜਨਾ ਅਤੇ ਪ੍ਰਾਈਵੇਟ ਅਦਾਰਿਆਂ ਦੇ ਨਾਲ ਅੜਨਾ ਕਿਤੇ ਨਾ ਕਿਤੇ ਜੋ ਉਸ ਸਮੇਂ ਦੇ ਹਾਲਾਤਾਂ 'ਚ ਪੰਜਾਬ ਪਿਛਲੀਆਂ ਸਰਕਾਰਾਂ ਨੇ ਤਾਂ ਇੱਕੋ ਦਮ ਕਹਿੰਦੇ ਨਾ ਵੀ ਉਹ ਅੱਗਾ ਦੌੜ ਪਿੱਛਾ ਚੋੜ ਵਾਲਾ ਕੰਮ ਕੀਤਾ, ਵੀ ਫਟਾਫਟ ਐਗਰੀਮੈਂਟ ਕਰਦੇ ਗਏ ਆਪਣੀ ਵਾਹਵਾਹੀ ਲੁੱਟਣ ਦੀ ਖਾਤਰ। ਅੱਜ ਜਦੋਂ ਸੂਬਾ ਸਰਕਾਰ ਬੇਸ਼ੱਕ ਆਰਥਿਕ ਪੱਖੋਂ ਵੀ ਕਿਸੇ ਵੀ ਪੱਖੋਂ ਜਿਹੜੀ ਬੜੀ ਉਹਨੂੰ ਪਟਰੀ ਤੋਂ ਲਾਂਭੇ ਆ, ਉਧੜੀ ਪਈ ਆ ਸਰਕਾਰ, ਦੇਖੋ ਮਾੜੇ ਸਵੈਟਰ ਵਾਂਗ ਉਧੜੀ ਪਈ ਪਟਰੀ ਤੋਂ ਲਾਂਭੇ ਆ। ਜੇ ਅੱਜ ਉਹਨਾਂ ਐਗਰੀਮੈਂਟਾਂ ਨੂੰ ਇੱਕੋ ਦਮੀ ਇੱਕੋ ਆਦੇਸ਼ ਦੇ ਵਿੱਚ ਹਟਾਉਂਦੇ ਆ, ਮੈਂ ਸਮਝਦਾ ਕਿਤੇ ਨਾ ਕਿਤੇ ਸ਼ਾਇਦ ਦਿੱਕਤ ਵਾਲਾ ਸਾਹਮਣਾ ਕਰਨਾ ਪੈ ਸਕਦਾ। ਲੇਕਿਨ ਅੱਜ ਆਪਣੀ ਜ਼ਿੰਮੇਵਾਰੀ ਤੋਂ ਵੀ ਨਹੀਂ ਭੱਜਿਆ ਜਾ ਸਕਦਾ। ਪੰਜਾਬ ਦੇ ਲੋਕ ਤਰਾਈ ਤਰਾਈ ਕਰ ਰਹੇ ਆ ਬਿਜਲੀ ਦੇ ਰੇਟਾਂ, ਪਰ ਮੈਂ ਬਿਜਲੀ ਇੱਕ ਪ੍ਰਾਪਤੀ ਵੀ ਹੈ ਤੁਹਾਡੀ ਸਰਕਾਰ ਦੀ, ਤੁਸੀਂ ਆ ਬਠਿੰਡੇ ਵਾਲਾ ਯੂਨਿਟ ਵੀ ਇੱਕ ਬੰਦ ਕਰਤਾ ਥਰਮਲ ਪਲਾਂਟ। ਡੱਲਾ ਜੀ, ਮੇਰੀ ਗੱਲ ਸੁਣੋ, ਬੇਸ਼ੱਕ ਤੁਸੀਂ ਹੁਣ ਗੱਲ ਕੀਤੀ ਹੈ, ਕੋਈ ਵੀ ਕਿਸੇ ਵੀ ਸਿਆਸੀ ਦਲ ਦਾ ਵਰਕਰ ਹੋਵੇ ਜਾਂ ਕਿਸੇ ਸੰਗਠਨ ਦਾ ਹੋਵੇ, ਲੇਕਿਨ ਬਿਜਲੀ ਹਰ ਘਰ ਦੇ ਵਿੱਚ ਜਾਂਦੀ ਹੈ, ਬਿੱਲ ਹਰੇਕ ਨੂੰ ਪੇ ਕਰਨਾ ਪੈਂਦਾ। ਸੂਬਾ ਸਰਕਾਰ ਔਰ ਕੈਪਟਨ ਮੰਤਰੀਆਂ ਮੰਤਰੀਆਂ ਦੀ ਬਿਜਲੀ ਤਾਂ ਸਰਕਾਰ ਨਹੀਂ, ਕੈਪਟਨ ਦੇਖੋ ਡੱਲਾ ਜੀ, ਕੈਪਟਨ ਬਿਜਲੀ ਦੀ ਸਹੂਲਤ, ਕੈਪਟਨ ਜਾਂ ਤਾਂ ਸਾਰੇ ਐਮਐਲਏ, ਮੈਂ ਕਹਿੰਦਾ ਬਿਲਕੁਲ ਸਹੀ ਗੱਲ ਹੈ, ਜੇ ਬਾਕੀ ਐਮਐਲਏ ਹੋਰ ਗੱਲਾਂ ਕਰਦੇ ਆ, ਸਾਰੇ ਐਮਐਲਏ ਜਿੰਨੀ ਓਪੋਜੀਸ਼ਨ ਹੈ ਜੇ ਵਿਧਾਨ ਸਭਾ 'ਚ ਇੱਕ ਮੱਤ ਹੋ ਕੇ ਕਹਿੰਦੀ ਹੈ ਕਿ ਵੀ ਅਸੀਂ ਸਾਰੇ ਪੱਤੇ ਛੱਡਦੇ ਹਾਂ, ਕਿੱਦਾਂ ਨਹੀਂ ਸਰਕਾਰ ਛੱਡੇਗੀ? ਜਦੋਂ ਸਰਕਾਰ ਨੂੰ ਪਤਾ ਕਿ ਓਪੋਜੀਸ਼ਨ ਇੱਕ ਵਾਰ ਨੂੰ ਅੱਗੇ ਆ ਕੇ ਜਦੋਂ ਤਾਂ ਫਿਰ ਗੱਲ ਆਉਂਦੀ ਹੈ। ਮੈਂ ਇਸ ਗੱਲੋਂ ਨਹੀਂ, ਬੜੀ ਨਿਰਪੱਖਤਾ ਨਾਲ ਗੱਲ ਕਹਿਣਾ ਚਾਹੁੰਦਾ, ਬੇਸ਼ੱਕ ਕਾਂਗਰਸ ਦੀ ਸਰਕਾਰ ਹੈ ਜਾਂ ਕੋਈ ਵੀ ਹੈ, ਹਮੇਸ਼ਾ ਇਹ ਰੌਲਾ ਪਿਆ ਵੀ ਜਦੋਂ ਪੱਤਿਆਂ ਦੀ ਗੱਲ ਆਉਂਦੀ ਹੈ ਤਾਂ ਸਾਰੇ ਵਿਪੱਖ ਔਰ ਪੱਖ ਦੋਨੋਂ ਇੱਕ ਪਾਸੇ ਨੂੰ ਹੋ ਜਾਂਦੇ ਆ ਵੀ ਕੋਈ ਗੱਲ ਨਹੀਂ। ਜੇ ਅੱਜ ਵਿਪੱਖ ਐਡੀ ਨਿਰਪੱਖਤਾ ਨਾਲ ਗੱਲ ਕਰਨ ਵਾਲਾ ਹੋਵੇ, ਇਹ ਸਾਰੀਆਂ ਚੀਜ਼ਾਂ ਜਨਤਾ ਦੇ ਹਿੱਤ ਲਈ ਜੇ ਆਵਾਜ਼ ਬੁਲੰਦ ਕਰਦੇ ਹੋਏ ਨਿਰਪੱਖਤਾ ਨਾਲ ਕਹਿਣ, ਤਾਂ ਕਿੱਦਾਂ ਨਹੀਂ ਸਰਕਾਰ, ਸਰਕਾਰ ਵੀ ਉਸ ਏਜੰਡੇ 'ਤੇ ਆਏਗੀ ਕਿਉਂਕਿ ਉਹ ਵੀ ਚੁਣੇ ਹੋਏ ਪ੍ਰਤੀਨਿਧੀ ਲੋਕਾਂ ਦੇ ਨੇ। ਮੈਂ ਇੱਕ ਚੀਜ਼ ਹੋਰ, ਹਰਜੀ ਨੇ ਗੱਲ ਕਹੀ, ਡੱਲਾ ਜੀ ਹਰਜੀ ਨੇ ਗੱਲ ਕਹੀ ਕਿ ਜੀ ਅੱਜ ਅਫਸਰਸ਼ਾਹੀ ਗੱਲ ਕਰ ਰਹੀ ਹੈ, ਮੈਂ ਹਰਜੀ ਦੀ ਗੱਲ ਨਾਲ ਬੜਾ ਸਹਿਮਤ ਹਾਂ ਕਿ ਹਰਜੀ ਨੇ ਗੱਲ ਕਹੀ ਕਿ ਪਿਛਲੀ ਸਰਕਾਰ ਵਾਕਈ ਉਸ ਸਮੇਂ ਦੇ, ਤੁਸੀਂ ਮੀਡੀਆ ਨੂੰ ਦੇਖ ਲਓ ਜਾਂ ਜਿਸ ਤਰ੍ਹਾਂ ਵਾਰ ਵਾਰ ਰੌਲਾ ਪਿਆ ਸੀਗਾ ਕਿ ਬੇਸ਼ੱਕ ਕਿਸੇ ਵੀ ਸਰਕਾਰੀ ਤਹਿਸੀਲਦਾਰ ਦੇ ਦਫ਼ਤਰ ਨੂੰ ਜਾਂ ਚੌਂਕੀ ਥਾਣੇ ਤੋਂ ਲੈ ਕੇ ਅਕਾਲੀ ਦਲ ਬੀਜੇਪੀ ਦੇ ਲੀਡਰਾਂ ਦੀ ਮਨਮਾਨੀ ਚੱਲਦੀ ਸੀਗੀ, ਅਫਸਰਸ਼ਾਹੀ ਨੂੰ ਇਹਨਾਂ ਨੇ ਅੱਖੋਂ ਪਰੋਖੇ ਕਰਤਾ ਸੀਗਾ, ਇਹਨਾਂ ਦੀਆਂ ਜਾਪੀਆਂ ਇਹਨਾਂ ਦੀਆਂ ਮਨਮਾਨੀਆਂ ਸੀ। ਲੇਕਿਨ ਅੱਜ ਲੋਕਤੰਤਰ ਹੈ ਔਰ ਡੈਮੋਕ੍ਰੇਸੀ ਹੈ, ਔਰ ਜਿਹੜਾ ਪ੍ਰਜਾਤੰਤਰ ਦੇ ਅੰਦਰ ਅਫਸਰਾਂ ਨੇ, ਦੇਖੋ ਪੋਲੀਟੀਕਲ ਸਿਸਟਮ ਹੈ, 5 ਸਾਲ ਲਈ ਲੀਡਰ ਆਏ ਨੇ ਜਿਹੜੇ ਸਰਕਾਰ ਦੇ ਵਿੱਚ ਨੇ, ਲੇਕਿਨ ਉਹ ਲੋਕਾਂ ਅਤੇ ਸਰਕਾਰ ਦੇ ਵਿੱਚ ਜਿਹੜਾ ਆਧਾਰ ਹੈ, ਬੇਸ ਹੈ, ਉਹ ਅਫਸਰਾਂ ਅਤੇ ਮੁਲਾਜ਼ਮਾਂ ਨੇ ਪ੍ਰਸ਼ਾਸਨਿਕ ਢਾਂਚੇ ਨੇ ਕਰਨਾ। ਅਮਲੀ ਜਾਮਾ ਪ੍ਰਸ਼ਾਸਨਿਕ ਢਾਂਚਾ ਚਲਾਉਂਦਾ ਵਾ, ਲੀਡਰਾਂ ਦੀ ਮਨਮਾਨੀ ਨਹੀਂ ਹੈ, ਲੋਕਤੰਤਰ ਹੈ। ਇਹਨਾਂ ਦੀ ਸਰਕਾਰ ਦੇ ਟਾਈਮ ਲੋਕਤੰਤਰ ਨੂੰ ਪਰੋਖੇ ਕਰਤਾ ਸੀਗਾ, ਸਿਰਫ ਲੀਡਰਾਂ ਦੀ ਮਨਮਾਨੀਆਂ ਚੱਲਦੀਆਂ ਸੀ। ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਸੀਂ ਆਪਣੀ ਗੱਲ ਵੀ ਰੱਖ ਲਈ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗਾ, ਬਲੌਰ ਸਿੰਘ ਜੀ, ਹੋ ਸਕਦਾ ਕਿ ਸਰਕਾਰੀ ਧਿਰ ਹੈ ਜਿਹੜੀ ਕੈਪਟਨ ਅਮਰਿੰਦਰ ਦੀ ਧਿਰ, ਉਹ ਵੀ ਇਹ ਸੋਚਦੀ ਹੋਵੇ ਵੀ ਜੇ ਅਸੀਂ ਬਿਜਲੀ ਦੇ ਸਮਝੌਤੇ ਰੱਦ ਕਰ ਦਈਏ, ਹਾਲ ਦੀ ਘੜੀ ਜਿਹੜਾ ਸਾਰਾ ਗੁੱਸਾ ਹੈ ਲੋਕਾਂ 'ਚ, ਉਹ ਅਕਾਲੀ ਦਲ ਵੱਲ ਚਲਿਆ ਜਾਊਗਾ। ਜੇ ਕੋਈ ਇਹੋ ਜਿਹਾ ਮਤਾ ਲੈ ਕੇ ਆਉਂਦੇ ਨੇ, ਤੁਹਾਡੀ ਤਾਂ ਹਾਲਾਂਕਿ ਮੰਗ ਹੈ ਕਿ ਬਿਜਲੀ ਦੇ ਸਮਝੌਤੇ ਰੱਦ ਕੀਤੇ ਜਾਣ, ਜੇ ਕੋਈ ਇਹੋ ਜਿਹਾ ਮਤਾ ਆਉਂਦਾ ਤਾਂ ਬਿਜਲੀ ਦੇ ਸਮਝੌਤੇ ਰੱਦ ਕਰ ਦਿੱਤੇ ਜਾਂਦੇ ਨੇ, ਉਸ ਤੋਂ ਬਾਅਦ ਕੀ ਹੋਣਾ ਚਾਹੀਦਾ? ਕੋਈ ਇਹੋ ਜਿਹੀ ਸਿੱਟ ਬਣੂਗੀ ਜਿਵੇਂ ਬਰਗਾੜੀ ਦੇ ਮਾਮਲਿਆਂ 'ਚ ਜਾਂਚ ਹੋਈ, ਜਿਵੇਂ ਹੋਰ ਸਿੱਟਾਂ ਬਣੀਆਂ ਨੇ ਪੰਜਾਬ 'ਚ ਸਮੇਂ ਸਮੇਂ 'ਤੇ, ਲੰਮੀਆਂ ਜਾਂਚਾਂ ਚੱਲਦੀਆਂ ਰਹਿੰਦੀਆਂ ਨੇ, ਜਾਂ ਕੋਈ ਹੋਰ ਫੌਰੀ ਬਦਲ ਚਾਹੁੰਦੇ ਹੋ? ਜੇ ਸਮਝੌਤੇ ਸਰਕਾਰ ਰੱਦ ਵੀ ਕਰ ਦਿੰਦੀ ਹੈ, ਅਤੇ ਜੇ ਬਿਜਲੀ ਦੇਣੀ ਬੰਦ ਕਰਤੀ ਪ੍ਰਾਈਵੇਟ ਥਰਮਲ ਪਲਾਂਟਾਂ ਨੇ, ਅਤੇ ਫਿਰ ਬੱਤੀ ਦਾ ਗੁੱਲ ਹੈ ਪੰਜਾਬ 'ਚ, ਬਦਲਵਾਂ ਪ੍ਰਬੰਧ ਸਰਕਾਰ ਨੂੰ ਕੋਈ ਕਰਨਾ ਚਾਹੀਦਾ?
सरकार दे तां सरकारी थर्मल प्लांट भी नहीं चलते। देखो डल्ला साहब, सरकार ने तां जिहड़े सरकारी थर्मल प्लांट से बंद करते जी, जिहड़े प्राइवेट तो बिजली लैंदे आ, तुहाडी गल बिल्कुल दुरुस्त आ। जिहड़े मनप्रीत बादल ने मोबाइल देने नौजवानों, वह मोबाइलों की टॉर्च वरत के घर घर रोशनाने लोगों ने। पहली गल तो मोबाइल आना ही नहीं जी जी, क्योंकि मोबाइल ये खाम खाम दिया, लैपटॉप दे दो, मोबाइल दे दो। बच्चा कदे भी कोई कुछ नहीं मंगता, हर एक बच्चा नौकरी मंगता, तुसी नौकरियां दो, मोबाइल की करने हैं, मोबाइल आपे ले लेंगे। जेड़े तुसी गल बिल्कुल दुरुस्त की, भी जे समझौते रद्द करते तो वो अपने कंपनियां गुस्सा कर गई, कहने कंपनियां गुस्सा किवें कर जाणगियां, पंजाब दे पंजाब दे यूनिट आ पंजाब च लगे हुए ने कंपनियां दा। मैं जदों असीं उद्योगां नूं बुलाउने आ, सरकार जदों उद्योगां नूं बुलाउंदी आ, सरकार मिंटां तले करदी आ ना, केंद्रीयां ने भी मिंटां तले कीते उद्योग दे, नहीं उद्योग दे कीते ना, अज आओ पंजाब च लाओ, उद्योग बहुत वधिया चल रहा दिल्ली दे विच जी, दिल्ली दे विच लोक हुण देखो पंजाब इह जे रद्द उह रद्द नहीं कर सकदी, तां जिहड़े रेट वधाए उह रद्द कर देण जी, जिहड़े बारह बार रेट वधाते उह रद्द कर देण। इक कम तां सरकार नूं करना चाहीदा ना, जे उस गल तों डरदी आ ठीक आ, ये पर पब्लिक नूं बेवकूफ दोनों पार्टियां ने बनाउण भी अकालियां ने समझौते किए सी, हुण इहनां ने कहा कि किन्ने 34,000 किन्ने करोड़ दा सीगा इहनां दा घाटा, अंकड़ियां च ना जाओ घाटा दा घाटा ही है, घाटा हुण जिहड़ा रेट वधाते उदों घाटा होर वध जाणा, उह क्योंकि बिजली फ्री दे रहे ने। वरण जिया ने कहा भी लीडर आ जिहड़े जां दूजियां विरोधी पार्टियां दे उह अपने भत्ते छड्ड देण। जिद्दण सरकार ने कहा सीगा भी जिहड़े सरदे वरदे जिमीदार ने भी जिन्हां नूं बिजली फ्री दित्ती जांदी आ, 5 एकड़ तो उपर वाले नूं जमा ही खत्म कर देण, भी देनी ही नहीं गी, भी तुहानूं मुल मिलणी आ, क्यों नहीं गौरमेंट ने उत्ते रोज उन्हां दे इहनां दे आपदे ही तकरीबन 100% तां इहनां दा आपदा लीडर ही आ गया सी विच, जिन्हां दे 5 एकड़ तो उपर जमीन सीगी ते जे बिजली फ्री जांदी सीगी, ठीक है ना। गौरमेंट जिहड़ा जिहड़ा सरकार आ ना, इह आपदी जबान ते आप ही नहीं खड़दी। ਆਪਾਂ ਇੱਕ ਪੰਜਾਬੀ ਦੀ ਕਹਾਵਤ ਆ, ਜਿਸ ਬੰਦੇ ਦੀ ਜਵਾਨ ਨਹੀਂ ਉਹ 'ਤੇ ਤਾਂ ਕੋਈ ਵੀ ਯਕੀਨ ਨਹੀਂ ਕਰਦਾ। ਚਲੋ ਚਲੋ, ਤੁਹਾਡੀ ਵੀ ਗੱਲ ਆ ਗਈ, ਮੈਂ ਪ੍ਰਤਾਪ ਬਾਜਵਾ 'ਤੇ ਰਿਐਕਸ਼ਨ ਲੈ ਲਾਂ। ਪ੍ਰਤਾਪ ਬਾਜਵਾ ਵੀ ਮੰਗ ਕਰੀ ਜਾ ਰਿਹਾ ਵੀ ਕਾਂਗਰਸ ਦੀ ਸਰਕਾਰ ਆ ਜਿਹੜੀ ਢਿੱਲੀ ਰਹੀ ਹੈ, ਕੈਪਟਨ ਅਮਰਿੰਦਰ ਨੂੰ ਬਿਜਲੀ ਦੇ ਸਮਝੌਤੇ ਰੱਦ ਕਰਨੇ ਚਾਹੀਦੇ ਨੇ। ਪ੍ਰਤਾਪ ਬਾਜਵਾ ਦੀ ਮੰਗ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੈਪਟਨ ਅਮਰਿੰਦਰ ਦੀ ਸਰਕਾਰ 'ਤੇ ਜਿਹੜੀ ਉਹਨਾਂ ਦੀ ਟਿੱਪਣੀ ਆ? ਦੇਖੋ ਜਿਹੜੀ ਵੀ ਤੁਹਾਡੇ ਨਾਲ ਹੀ ਖੜ ਗਿਆ ਪ੍ਰਤਾਪ ਬਾਜਵਾ ਵਿਰੋਧੀ, ਸਾਡੇ ਨਾਲ ਖੜੇ ਕਿ ਨਹੀਂ ਸਾਨੂੰ ਨਹੀਂ ਪਤਾ, ਪਰ ਜਿਹੜੀ ਵੀ ਗੱਲ ਲੋਕ ਪੱਖੀ ਹੋਏਗੀ, ਲੋਕ ਦੇ ਹਿੱਤ ਵਿੱਚ ਹੋਏਗੀ, ਉਹਨੂੰ ਪੰਜਾਬ ਦਾ ਕੋਈ ਵੀ ਜਿਹੜਾ ਨਾਗਰਿਕ ਹੈ, ਵਸਨੀਕ ਹੈ, ਉਹਨੂੰ ਨਕਾਰ ਨਹੀਂ ਸਕਦਾ। ਅਸੀਂ ਵੀ ਇਹੀ ਕਹਿ ਰਹੇ ਹਾਂ, ਜੇ ਬਾਜਵਾ ਜੀ ਨੇ ਵੀ ਇਹੀ ਗੱਲ ਕਹੀ ਹੈ ਵੀ ਜਿਹੜੀ ਬਿਜਲੀ ਦੇ ਰੇਟ ਵੱਧ ਰਹੇ ਆ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਜਾਂ ਸਮਝੌਤੇ ਰੱਦ ਹੋਣੇ ਚਾਹੀਦੇ ਆ, ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੁੱਤੀ ਪਈ ਹੈ ਔਰ ਇਹਨਾਂ ਨੂੰ ਅਫਸਰ ਚਲਾ ਰਹੇ, ਉਹਨਾਂ ਤਾਂ ਬਹੁਤ ਗੱਲਾਂ ਕੀਤੀਆਂ। ਸੋ ਇਹ ਕਾਂਗਰਸ ਨੂੰ ਵੀ ਹੁਣ ਵਿਚਾਰ ਕਰਨਾ ਪਏਗਾ। ਮੈਂ ਪਹਿਲਾਂ ਵੀ ਜਿਹੜੀ ਗੱਲ ਕਹਿ ਕੇ ਚੁੱਕਾ ਵੀ ਕਾਂਗਰਸ ਦੇ ਅੰਦਰ ਅੰਦਰ ਬੜੇ ਹੀ ਜਿਹੜੇ ਵਿਧਾਇਕ ਹੈ ਉਹ ਘੁੱਟਣ ਮਹਿਸੂਸ ਕਰ ਰਹੇ ਆ। ਥੋੜ੍ਹੇ ਦਿਨ ਪਹਿਲਾਂ ਨਿਰਮਲ ਸਿੰਘ ਜਿਹੜੇ ਆ ਸ਼ੁਤਰਾਣਾ, ਇਹਨਾਂ ਨੇ ਵਾਦ ਚੱਕੀ ਆ ਵੀ ਉਹਨਾਂ ਦੇ ਇਲਾਕੇ ਦੇ ਵਿੱਚ ਸਰੇਆਮ ਨਸ਼ਾ ਵੇਚ ਰਹੇ ਆ, ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਵਿਧਾਇਕਾਂ ਦੀ ਅੱਗ ਇਹਨਾਂ ਨੇ 6-7 ਉਸ ਤੋਂ ਬਾਅਦ ਆਪਣੇ ਉਹ ਬਣਾ ਲਏ ਸਲਾਹਕਾਰ, ਕਈ ਤਰ੍ਹਾਂ ਦੀਆਂ ਜਿਹੜੀਆਂ ਅੰਦਰ ਵਿਦਰੋਹ ਦੀ ਜਿਹੜੀ ਚਿੰਗਾਰੀ ਹੈ ਨਾ ਉਹ ਕਾਂਗਰਸ ਦੇ ਅੰਦਰ ਅੰਦਰ ਭੱਖ ਰਹੀ ਹੈ। ਸਿੱਧੂ ਵਾਲਾ ਸਾਰਾ ਮਸਲਾ ਹੈ। ਸੋ ਇਹਦੇ ਵਿੱਚ ਜਿਹੜੇ ਬਾਜਵਾ ਜੀ ਨੇ ਗੱਲ ਕੀਤੀ ਹੈ ਲੋਕ ਪੱਖੀ ਆ, ਔਰ ਜਿਹੜੀ ਇਹ ਸਾਰਾ ਕੁਛ ਆ ਜਿਹੜਾ ਇਹ ਕੈਪਟਨ ਅਮਰਿੰਦਰ ਸਿੰਘ 'ਤੇ ਸਵਾਲ ਖੜ੍ਹੇ ਕਰ ਰਿਹਾ। ਵਰਨ ਜੀ, ਪ੍ਰਤਾਪ ਬਾਜਵਾ ਨੇ ਜਿਹੜੀ ਗੱਲ ਕੀਤੀ ਹੈ ਗੱਲ ਤਾਂ ਲੋਕਾਂ ਦੇ ਹੱਕ 'ਚ ਕੀਤੀ ਹੈ, ਕਾਂਗਰਸ ਦੇ ਕਈ ਲੀਡਰ ਹੁਣ ਪ੍ਰਤਾਪ ਬਾਜਵਾ ਦੇ ਪਿੱਛੇ ਪੈ ਗਏ ਕਿ ਬਾਜਵੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰਤਾਪ ਬਾਜਵਾ ਨੇ ਕਿਹੜੀ ਗਲਤ ਗੱਲ ਕੀਤੀ ਹੈ? ਪ੍ਰਤਾਪ ਬਾਜਵਾ ਨੇ ਵੀ ਇਹੀ ਗੱਲ ਕਹੀ ਹੈ ਨਾ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਭੱਖਦੇ ਮਸਲਿਆਂ 'ਤੇ ਮੇਰੇ ਨਾਲ ਜਨਤਕ ਤੌਰ 'ਤੇ ਬਹਿਸ ਕਰ ਲੈਣ ਅਤੇ ਲੋਕਾਂ ਨੂੰ ਜੱਜ ਬਣਾ ਦਈਏ। ਪ੍ਰਤਾਪ ਬਾਜਵਾ ਨੇ ਜਿਹੜੀ ਗੱਲ ਚੱਕੀ ਹੈ ਉਹਨੂੰ ਕਾਂਗਰਸ 'ਚ ਵਿਦਰੋਹ ਦੇ ਤੌਰ 'ਤੇ ਵੀ ਦੇਖ ਰਹੇ ਨੇ ਜੀ, ਕਿ ਸੱਚਮੁੱਚ ਇਹ ਮੰਨ ਲਿਆ ਜਾਵੇ ਕਿ ਕਾਂਗਰਸ 'ਚ ਖੁੱਲ੍ਹੀ ਜੰਗ ਹੋ ਗਈ, ਇੱਕ ਪਾਸੇ ਕੈਪਟਨ ਅਮਰਿੰਦਰ ਆ, ਇੱਕ ਪਾਸੇ ਪ੍ਰਤਾਪ ਬਾਜਵਾ, ਹੁਣ ਗੱਲ ਅੱਗੇ ਵਧੂਗੀ? ਨਹੀਂ ਨਹੀਂ ਡੱਲਾ ਜੀ, ਕੋਈ ਖੁੱਲ੍ਹੀ ਜੰਗ ਵਾਲੀ ਗੱਲ ਨਹੀਂ ਹੈ। ਕਾਂਗਰਸ ਪਾਰਟੀ ਦੇ ਵਿੱਚ ਲੁਕਵੀਂ ਜੰਗ ਕਹਿ ਲਈਏ, ਨਹੀਂ ਨਹੀਂ ਦੇਖੋ, ਕਾਂਗਰਸ ਪਾਰਟੀ ਦੇ ਵਿੱਚ ਇੱਕ ਵਰਕਰ ਤੋਂ ਲੈ ਕੇ ਲੀਡਰ ਤੱਕ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਇਹਨੂੰ ਹੁਣ ਆਪਾਂ ਦੂਜੇ ਪਾਸੇ ਨਾਲ ਲਗਾਈਏ ਵੀ ਇਹ ਖੁੱਲ੍ਹੀ ਜੰਗ ਹੈ, ਸਗੋਂ ਇਸ ਪੱਖੋਂ ਕਿਉਂ ਨਹੀਂ ਦੇਖਦੇ ਕਿ ਜੇ ਲੋਕਾਂ ਦੇ ਮੁੱਦੇ 'ਤੇ ਕੋਈ ਗੱਲ ਹੈ ਪਾਰਟੀ ਦੇ ਅੰਦਰ ਡਟ ਕੇ ਖੁੱਲ੍ਹੇ ਤੌਰ 'ਤੇ ਵੀ ਜੇ ਆਵਾਜ਼ ਬੁਲੰਦ ਕਰਨ ਨੂੰ ਪਾਰਟੀ ਦੀ ਲੀਡਰਸ਼ਿਪ ਸਟੈਂਡ ਲੈਂਦੀ ਹੈ। ਆਪਾਂ ਲੋਕ ਕਿਉਂ ਭੁੱਲ ਰਹੇ ਹਾਂ ਕਿ 2004 ਦੇ ਅੰਦਰ ਜਦੋਂ ਪਾਣੀ ਦੇ ਮੁੱਦੇ 'ਤੇ ਗੱਲ ਚੱਲੀ ਸੀ, ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਨ ਦੇ ਖਿਲਾਫ਼ ਵੀ ਇੱਕ ਵਾਰੀ ਖੁੱਲ੍ਹੇ ਤੌਰ 'ਤੇ ਸਟੈਂਡ ਲੈ ਲਿਆ ਸੀ, ਅਤੇ ਅੱਜ ਜੇ ਪੰਜਾਬ ਦੇ ਅੰਦਰ ਸਾਡੇ ਰਾਜ ਸਭਾ ਦੇ ਮੈਂਬਰ ਔਰ ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਜੇ ਗੱਲ ਕਹੀ ਹੈ ਤਾਂ ਚੰਗੀ ਗੱਲ ਹੈ ਕਿ ਸਰਕਾਰ ਨੂੰ ਜਗਾਉਣ ਦੇ ਲਈ ਔਰ ਕੈਪਟਨ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣ ਦੇ ਲਈ ਜੇ ਗੱਲ ਕੀਤੀ ਆ, ਉਹਨੂੰ ਕਿਤੇ ਪਾਰਟੀ ਦੇ ਬਗਾਵਤੀ ਸੁਰਾਂ ਵੱਲ ਨਾ ਦੇਖਿਆ ਜਾਵੇ, ਉਹਨੂੰ ਰੁੱਖ ਨਾ ਦਿੱਤਾ ਜਾਵੇ,
ਉਹਨਾਂ ਨੇ ਵੀ ਲੋਕਾਂ ਦੀ ਗੱਲ ਕੀਤੀ ਹੈ, ਪੰਜਾਬ 'ਚ ਸਰਕਾਰ ਵੀ ਲੋਕਾਂ ਦੀ ਹੈ, ਪੰਜਾਬ ਦੇ। ਪਰ ਤੁਹਾਡੇ ਬਹੁਤ ਸਾਰੇ ਲੀਡਰ ਕਿਉਂ ਨਹੀਂ ਇਹ ਗੱਲ ਨੂੰ ਸਮਝਦੇ? ਮੈਂ ਉਹ ਕਹਿੰਦੇ ਬਾਜਵਾ ਸਾਹਿਬ ਦੇ ਕਾਲਜ, ਦੇਖੋ ਮੈਂ ਜਿਹੜੀ ਲੀਡਰਸ਼ਿਪ ਅਜਿਹੀ ਗੱਲ ਕਰ ਗਿਆ, ਬੇਸ਼ੱਕ ਕੋਈ ਵੀ ਹੈ, ਦੇਖੋ ਮੈਂ ਬੜੀ ਬੇਵਾਕੀ ਨਾਲ ਕਹਿਣਾ ਚਾਹੁੰਦਾ ਕਿ ਉਹ ਲੀਡਰਾਂ ਨੂੰ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ ਕਿ ਜਿਹੜੇ ਲੋਕਾਂ ਦੇ ਮੁੱਦੇ ਹੈ, ਲੋਕ ਹਿਤੈਸ਼ੀ ਗੱਲਾਂ, ਉਹਦੇ 'ਤੇ ਖੁੱਲ੍ਹ ਕੇ ਗੱਲ ਕਰਨ ਦੀ ਲੋੜ ਹੈ। ਸਿਰਫ ਆਪਾਂ ਇੱਕ ਦੂਜੇ ਨੂੰ ਪ੍ਰੋਟੈਕਟ ਕਰਨ ਦੇ ਲਈ ਆਪਣੀ ਰਾਜਨੀਤਿਕ ਛਵੀ ਬਣਾਉਣ ਦੀ ਖਾਤਰ ਨਾ ਚੱਲੀਏ। ਕਦੇ ਤਾਂ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਇਸ਼ੂ ਹੋ ਜੇ, ਕਦੇ ਸਰਦਾਰ ਪ੍ਰਤਾਪ ਬਾਜਵਾ ਦਾ ਇਸ਼ੂ ਹੋ ਜੇ, ਜਾਂ ਪਾਰਟੀ ਦੇ ਕਿਸੇ ਹੋਰ ਲੀਡਰ ਦੀ ਗੱਲ ਹੋਵੇ, ਅਤੇ ਕੁਝ ਲੀਡਰ ਸਿਰਫ ਉਹਨੂੰ ਜਾਤੀ ਬਿਆਨਬਾਜ਼ੀ ਤੱਕ ਲੈ ਕੇ ਚੱਲ ਜਾਣ, ਇਹ ਬੜੀ ਮਾੜੀ ਗੱਲ ਹੈ। ਕਿਉਂ? ਜਿਹੜੇ ਪੰਜਾਬ ਦੇ ਲੋਕਾਂ ਨੇ 78 MLA ਜਿਤਾ ਕੇ ਸਾਡੀ ਸਰਕਾਰ ਬਣਾਈ ਹੈ ਪੰਜਾਬ ਦੇ ਅੰਦਰ, ਉਹਨਾਂ ਲੋਕਾਂ ਦੇ ਪ੍ਰਤੀ ਸਰਕਾਰ ਜਵਾਬਦੇਹ ਹੈ, ਪਾਰਟੀ ਦੇ ਲੀਡਰਸ਼ਿਪ ਜਵਾਬਦੇਹ ਹੈ। ਪਰ ਗੱਲਾਂ ਇਹ ਵੀ ਸੁਣਨ ਨੂੰ ਮਿਲ ਰਹੀਆਂ ਨੇ ਕਿ ਪ੍ਰਤਾਪ ਬਾਜਵੇ ਨੇ ਸਾਰੀ ਗੱਲ ਹਾਈਕਮਾਂਡ ਦੇ ਧਿਆਨ 'ਚ ਵੀ ਲਿਆ ਦਿੱਤੀ ਹੈ, ਹਾਈਕਮਾਂਡ ਨੂੰ ਵੀ ਪ੍ਰਤਾਪ ਬਾਜਵੇ ਨੇ ਸਾਰੀਆਂ ਗੱਲਾਂ ਦੱਸਤੀਆਂ। ਡੱਲਾ ਜੀ ਫਿਰ ਗੱਲ ਕਿਤੇ ਇਸ ਗੱਲ ਦਾ ਡਰ ਤਾਂ ਨਹੀਂ ਕੈਪਟਨ ਸਮਰਥਿਤ ਲੀਡਰਾਂ ਨੂੰ ਵੀ ਕਿਤੇ ਸਾਡੀ ਸ਼ਿਕਾਇਤ ਨਾ ਚਲੀ ਜਾਵੇ? ਨਹੀਂ 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 ਸ਼ਿਕਾਇਤ ਵਾਲੀ, ਦੇਖੋ ਡੱਲਾ ਜੀ ਮੈਂ ਫਿਰ ਗੱਲ, ਪ੍ਰਤਾਪ ਬਾਜਵਾ ਜੀ ਰਾਜ ਸਭਾ ਦੇ ਮੈਂਬਰ ਨੇ, ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਨੇ ਰਾਜ ਸਭਾ ਦੇ ਅੰਦਰ, ਆਪਣੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ। ਜੇ ਉਹਨਾਂ ਨੇ ਗੱਲ ਕੀਤੀ, ਫਿਰ ਗੱਲ ਹੋਈ ਜਾਂਦੀ ਹੈ ਵੀ ਲੋਕਾਂ ਦੀ ਗੱਲ ਕੀਤੀ, ਲੋਕ ਸਭਾ ਰਾਜ ਸਭਾ ਦੇ ਵਿੱਚ ਵੀ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਨੇ, ਜੇ ਉਹਨਾਂ ਨੇ ਗੱਲ ਕੀਤੀ ਹੈ ਤਾਂ ਕੋਈ ਉਹ ਮਾੜੀ ਗੱਲ ਨਹੀਂ ਹੈ, ਲੋਕਾਂ ਦੀ ਗੱਲ ਕਰਨਾ ਫਰਜ਼ ਵੀ ਹੈ। ਉਹ ਲੀਡਰ ਹੀ ਕਾਹਦਾ ਜਿਹੜਾ ਲੋਕਾਂ ਦੀ ਗੱਲ ਨਾ ਕਰੇ? ਉਹ ਲੀਡਰ ਹੀ ਕਿਹੜਾ? ਔਰ ਇਹਦੇ 'ਤੇ ਤਾਂ ਮੈਂ ਕਹਿੰਦਾ ਸ਼ਾਬਾਸ਼ੀ ਹੈ ਪ੍ਰਤਾਪ ਬਾਜਵਾ ਜੀ ਨੇ, ਆਪਣੀ ਸਰਕਾਰ ਦੇ ਅੰਦਰ ਪਾਰਟੀ ਦੇ ਪਲੇਟਫਾਰਮ ਦੇ ਉੱਤੇ ਔਰ ਸਰਕਾਰ ਦੇ ਸਾਹਮਣੇ ਵੀ ਖੁੱਲ੍ਹੇ ਤੌਰ 'ਤੇ ਜਨਤਕ ਤੌਰ 'ਤੇ ਗੱਲ ਚੱਕੀ ਹੈ। ਹਾਂਜੀ, ਤੁਸੀਂ ਟਿੱਪਣੀ ਦੇਣਾ ਚਾਹ ਰਹੇ ਸੀ ਬਲੌਰ ਸਿੰਘ ਜੀ? ਕੁਛ ਗੱਲਾਂ ਦਾ ਤਾਂ ਮੇਰੀਆਂ ਦਾ ਜਵਾਬ ਇਹਨਾਂ ਨੇ ਦਿੱਤਾ ਕਿ ਫਿਰ ਵੀ ਵਰਨ ਜੀ ਪਾਰਟੀ ਦਾ ਪੱਖ ਰੱਖ ਗਏ ਨੇ, ਪ੍ਰਤਾਪ ਸਿੰਘ ਬਾਜਵਾ ਜੀ ਨੇ ਇੰਨਾ ਕੁ ਤਾਂ ਰੱਖਣਾ ਹੀ ਪੈਣਾ। ਹਾਂ, ਪ੍ਰਤਾਪ ਸਿੰਘ ਬਾਜਵਾ ਜੀ ਨੇ ਜਿਹੜੀ ਗੱਲ ਖੁੱਲ੍ਹ ਕੇ ਕੈਪਟਨ ਸਾਹਿਬ ਦੇ ਕੰਮ ਦੇ ਪ੍ਰਤੀ ਵਿਰੋਧ ਕੀਤਾ ਵਾ, ਉਹ ਬਿਲਕੁਲ ਜਾਇਜ਼ ਆ। ਔਰ ਕੁਛ ਚਾਪਲੂਸ ਲੀਡਰ ਇਹਨਾਂ ਦੇ, ਜਿਹਨਾਂ ਨੂੰ ਇਹਨਾਂ ਨੂੰ ਵੀ ਖੁੱਲ੍ਹ ਕੇ ਕਹਿਣਾ ਚਾਹੀਦਾ ਕਾਂਗਰਸ ਪਾਰਟੀ ਦੇ ਹਰ ਇੱਕ, ਦੇਖੋ ਇਹ ਬਿਜਲੀ ਦੇ ਮੁੱਦੇ 'ਤੇ, ਮਹਿੰਗਾਈ ਦੇ ਮੁੱਦੇ 'ਤੇ ਹਰ ਇੱਕ ਨੂੰ ਮਾਰ ਪੈਂਦੀ ਆ। ਇਹ ਨਹੀਂ ਵੀ ਕਾਂਗਰਸੀਆਂ ਦੇ ਬਿਜਲੀ ਦਾ ਰੇਟ ਘਟੇ ਨੇ ਜਾਂ BJP ਦੇ ਘਟਿਆ, ਸਾਡੇ ਵਧੇ ਨੇ, ਵਧੇ ਤਾਂ ਸਾਰਿਆਂ ਦੇ ਨੇ। ਪਰ ਸਾਰਿਆਂ ਨੂੰ ਖੁੱਲ੍ਹ ਕੇ ਆਉਣਾ ਚਾਹੀਦਾ, ਸਾਰਿਆਂ ਨੂੰ ਕਹਿਣਾ ਚਾਹੀਦਾ ਵੀ ਇਹ ਯਾਰ ਗਲਤ ਹੋ ਰਿਹਾ। ਬਾਜਵਾ ਸਾਹਿਬ ਨੇ ਕਿਹਾ ਬਹੁਤ ਚੰਗੀ ਗੱਲ ਆ, ਪਰ ਬਾਜਵਾ ਸਾਹਿਬ ਦੀ ਜਿਹੜੀ ਆਵਾਜ਼ ਆ ਉਹ ਕੈਪਟਨ ਤੀਕਰ ਪਹੁੰਚਣ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਚਾਪਲੂਸ ਲੀਡਰ ਨੇ ਕੈਪਟਨ ਦੇ, ਉਹਨਾਂ ਨੂੰ ਵੀ ਅਸੀਂ ਆਮ ਆਦਮੀ ਪਾਰਟੀ ਕਰਨੀ, ਆਮ ਲੋਕਾਂ ਕਰਨੀ ਵੀ ਆਗਾਜ਼ ਕਰਦੇ ਕਿ ਕੱਲ੍ਹ ਨੂੰ ਤੁਸੀਂ ਪਬਲਿਕ ਦੇ ਵਿੱਚ ਆਉਣਾ, ਜਿਹੜੇ ਬਿਜਲੀ ਦੇ ਮੁੱਦੇ 'ਤੇ ਜਾਂ ਕੈਪਟਨ ਦੀਆਂ ਗਲਤੀਆਂ ਦੇ ਮੁੱਦੇ 'ਤੇ ਉਹਦਾ ਗਲਤੀ ਦਾ ਪੱਖ ਰੱਖਦੇ ਹੋ, ਕੱਲ੍ਹ ਨੂੰ ਲੋਕਾਂ ਦੇ ਵਿੱਚ ਤੁਹਾਨੂੰ ਜਵਾਬ ਦੇ ਤੁਸੀਂ ਹੋਣਾ, ਨਾ ਕਿ ਇਕੱਲੇ ਕੈਪਟਨ ਨੇ ਹੋਣਾ। ਚਲੋ, ਮੈਂ ਆਖਰੀ ਸਵਾਲ ਵੀ ਇੱਕ ਬੜਾ ਇੰਪੋਰਟੈਂਟ ਹੈ ਸੁਖਦੇਵ ਸਿੰਘ ਢੀਂਡਸਾ ਵਾਲਾ ਲੈ ਲਾਂ। 18 January ਨੂੰ ਮੀਟਿੰਗ ਹੈ ਸੁਖਦੇਵ ਢੀਂਡਸਾ ਦੀ, ਜਾਗੋ ਪਾਰਟੀ ਵਾਲੇ ਸਮਾਜਿਕ ਪਾਰਟੀ ਹੈ ਮਨਜੀਤ ਸਿੰਘ GK ਉਹਨਾਂ ਦੀ, ਔਰ ਪ੍ਰਕਾਸ਼ ਸਿੰਘ ਬਾਦਲ ਦੇ ਜਿੰਨੇ ਵਿਰੋਧੀ ਨੇ, ਭਾਵੇਂ ਪਰਮਜੀਤ ਸਿੰਘ ਸਰਨਾ ਹੈ, ਭਾਵੇਂ ਰਾਮੂ ਵਾਲੀ ਹੈ, ਭਾਵੇਂ ਰਵਿੰਦਰ ਹੈ, ਭਾਵੇਂ ਟਕਸਾਲੀ ਨੇ, ਭਾਵੇਂ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ, ਇਹ ਸਾਰਿਆਂ ਦੀ ਮੀਟਿੰਗ 18 January ਨੂੰ ਦਿੱਲੀ 'ਚ ਸੱਦੀ ਹੈ। ਕੀ ਤੁਹਾਨੂੰ ਲੱਗਦਾ ਕਿ ਉਹ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਨਗੇ ਉੱਥੇ ਚੋਣਾਂ 'ਚ, ਜਾਂ ਉਹ ਕੋਈ ਵੱਖਰੀ ਵਿਚਾਰਧਾਰਾ ਨੂੰ ਸਮਰਥਨ ਕਰਨਗੇ? ਕਿਉਂਕਿ ਉੱਥੇ ਮੁਕਾਬਲਾ ਕਾਂਗਰਸ ਦਾ, ਆਮ ਆਦਮੀ ਪਾਰਟੀ ਦਾ, BJP ਅਤੇ ਅਕਾਲੀ ਦਲ ਦਾ। ਹੁਣ ਅਕਾਲੀ ਦਲ ਤੋਂ ਨਾਰਾਜ਼ ਨੇ ਸੁਖਦੇਵ ਢੀਂਡਸਾ, ਮਨਜੀਤ GK ਵੀ ਅਕਾਲੀ ਦਲ ਤੋਂ ਬਾਹਰ ਨੇ, ਸਾਰੇ ਵਿਰੋਧੀ ਨੇ, ਰਾਮੂ ਵਾਲੀਆ ਬਾਹਰ, ਸਰਨਾ ਅਲੱਗ ਹੈ, ਕੀ ਕਰਨਗੇ? ਆਮ ਆਦਮੀ ਪਾਰਟੀ ਨੂੰ ਸਮਰਥਨ ਕਰ ਸਕਦੇ, ਜਾਂ ਉਹਨਾਂ ਦਾ ਫੈਸਲਾ ਹੋਊਗਾ ਵੀ ਕਿਸੇ ਪਾਰਟੀ ਨੂੰ ਸਮਰਥਨ ਨਹੀਂ ਕਰਨਾ? ਦੇਖੋ ਜੀ, ਜੇ ਕਹਿ ਦਈਏ ਢੀਂਡਸਿਆਂ ਦਾ ਜਾਂ ਰਾਮੂ ਵਾਲੀਏ ਦਾ ਦਿੱਲੀ ਦੇ ਵਿੱਚ ਕੋਈ ਐਡਾ ਆਧਾਰ ਹੋਵੇ, ਉਹ ਤਾਂ ਮੇਰੀ ਗੱਲ ਦਾ ਵਿਚਾਲੇ ਨਾ ਕੱਟੋ। ਜੇ GK ਸਾਹਿਬ ਦਾ ਤਾਂ ਸ਼ਰਨੇ ਦਾ ਆਧਾਰ ਦਿੱਲੀ 'ਚ ਹੈਗਾ, ਢੀਂਡਸਾ ਸਾਹਿਬ ਤਾਂ ਅਕਾਲੀ ਦਲ 'ਚੋਂ ਨਵੇਂ ਕੱਢੇ ਗਏ ਨੇ, ਨਹੀਂ ਹਜੇ ਕੱਢੇ ਨਹੀਂ ਗਏ, ਤਾਂ ਮੁਅੱਤਲ ਨੇ, ਚਲੋ ਮੁਅੱਤਲ ਕੀਤੇ ਗਏ ਨੇ, ਮੁਅੱਤਲ ਕੀਤੇ ਤਾਂ ਕੱਢੇ ਹੀ ਨੇ, ਇੱਕ ਵਾਰ ਅਕਾਲੀ ਦਲ ਦਾ ਸਾਰਾ ਲੀਡਰਸ਼ਿਪ ਉਹਨਾਂ ਦੇ ਵਿਰੋਧ 'ਚ ਬੋਲਣ ਲੱਗ ਗਈ ਆ ਪਿਓ ਪੁੱਤਾਂ ਦੇ। ਚਲੋ ਐਂ ਤਾਂ ਆਮ ਆਦਮੀ ਪਾਰਟੀ ਵੀ ਅੱਧੀ ਕੱਢੀ ਗਈ ਹੁਣ ਤਾਂ? ਨਹੀਂ ਜੀ, ਉਹ ਅਸੀਂ ਕਦੋਂ ਕਹਿੰਦੇ ਹਾਂ ਜੀ ਨਹੀਂ ਕੱਢੀ ਗਈ, ਹੁਣ 21-15 ਟਿਕਟਾਂ ਕੱਟੀਆਂ ਨੇ ਉਹਨਾਂ ਨੇ, 100 ਨੂੰ ਨਾਰਾਜ਼ ਤਾਂ ਹੋਣੀਆਂ, ਬਿਲਕੁਲ ਠੀਕ ਹੈ। ਅਤੇ ਉਹ ਰੌਲਾ ਆ ਵੀ ਸ਼ਰਨਾ ਜੀ ਅਤੇ GK ਦਾ ਆਧਾਰ ਦਿੱਲੀ 'ਚ ਹੈਗਾ, ਉਹ ਕੀ ਫੈਸਲਾ ਲੈਂਦਾ 18 ਤਰੀਕ ਨੂੰ, ਉਹਦੇ ਬਾਰੇ ਤਾਂ ਆਪਾਂ ਸੋਚ ਸਕਦੇ ਹਾਂ। ਜੇ ਕਦੇ ਢੀਂਡਸੇ ਹੋਣੀ, ਰਾਮੂ ਵਾਲੀ ਹੋਣੀ, ਜੋ ਇੱਥੇ ਛੋਟੀਆਂ ਮੋਟੀਆਂ ਹੋਰ ਲੀਡਰਸ਼ਿਪ ਹੈ ਪੰਜਾਬ ਦੀ, ਉਹ ਜਾ ਕੇ ਦਿੱਲੀ 'ਚ ਆਪਦਾ ਫੈਸਲਾ ਦਊਗੀ, ਉਹਦੇ ਬਾਰੇ ਤਾਂ ਮੈਂ ਕੁਛ ਮਤਲਬ ਇਹਨਾਂ ਦੇ ਦਿੱਲੀ ਜਾਣ ਨਾਲ ਕੋਈ ਫਰਕ ਨਹੀਂ ਪੈਣਾ, ਇਹਨਾਂ ਠੀਕ ਆ ਵੀ ਇਹਨਾਂ ਨੇ ਸ਼ਰਨੇ ਦੇ ਨਾਲ ਅਤੇ GK ਪੰਜਾਬ 'ਚ ਬਾਦਲ ਵਿਰੋਧੀ ਹੈ, ਜੇ ਇਹ ਦਿੱਲੀ ਚਲੇ ਜਾਣ ਕੋਈ ਫਰਕ ਨਹੀਂ ਪੈਂਦਾ ਦਿੱਲੀ? ਨਹੀਂ ਨਹੀਂ, ਦੇਖੋ ਬਾਦਲ ਵਿਰੋਧੀ ਨੇ, ਨਹੀਂ ਨਹੀਂ ਮੈਂ ਤੁਹਾਨੂੰ ਉਹੀ ਕਹਿੰਦਾ ਨਾ, ਜਿਹੜਾ ਬਾਦਲ ਵਿਰੋਧੀ ਪੰਜਾਬ ਦਾ ਵਾ
ਤੇ ਦਿੱਲੀ ਦੇ ਵਿੱਚ ਜੀ ਕੇ ਆ। ਇਹ ਮੇਰਾ ਸਵਾਲ ਇਹ ਹੈ ਤੇ ਜੀ ਕੇ ਦੇ ਨਾਲ ਜਿਵੇਂ ਨਾ ਬੈਠ ਕੇ ਸਮਝੌਤਾ ਕਰਨਗੇ, ਟਕਸਾਲੀ ਦਿੱਲੀ ਚਲੇ ਜਾਣ, ਰਵਿੰਦਰ ਸਿੰਘ ਦਿੱਲੀ ਚਲੇ ਜਾਣ, ਬੈਂਸ ਚਲੇ ਜਾਣ, ਢੀਂਡਸੇ ਚਲੇ ਜਾਣ, ਇਹ ਦਿੱਲੀ ਜਾ ਕੇ ਅਗਰ ਕੁਝ ਵੀ ਕਰਦੇ ਨੇ ਕੋਈ ਅਸਰ ਨਹੀਂ। ਤੁਸੀਂ ਮੇਰੇ ਮੂੰਹ 'ਚ ਗੱਲ ਨਾ ਪਾਓ, ਇਹਨਾਂ ਦਾ ਫੈਸਲਾ ਜਿਹੜਾ ਹੋਊਗਾ 18 ਤਰੀਕ ਨੂੰ ਪਤਾ ਲੱਗੂਗਾ ਕੀ ਫੈਸਲਾ। ਮੈਂ ਤਾਂ ਪ੍ਰਭਾਵ ਦੀ ਗੱਲ ਕਰਦਾ, ਹਾਕੀਆਂ ਖਿਲਾਫ ਪ੍ਰਭਾਵ ਤਾਂ ਦੇਖੋ ਜੀ। ਚਲੋ ਮੈਂ ਤਾਂ ਕਹਿੰਦਾ ਦੂਜੇ ਸਵਾਲ ਦੇ ਦਿਓ, ਜਦੋਂ ਸ਼ਰਨੇ ਨਾਲ ਨਾ ਨਾ ਮੇਰੀ ਗੱਲ ਸੁਣ ਲਓ, ਤੁਹਾਡੇ ਆਮ ਆਦਮੀ ਪਾਰਟੀ ਵਾਲੇ ਵੀ ਬਹੁਤ ਵੱਡੀ ਗਿਣਤੀ 'ਚ ਬੱਸਾਂ ਬੁੱਸਾਂ 'ਤੇ ਚੜ੍ਹ ਕੇ ਕਾਰਾਂ 'ਚ ਦਿੱਲੀ ਜਾ ਰਹੇ ਨੇ, ਬਿਲਕੁਲ ਉਹਨਾਂ ਦਾ ਕੋਈ ਅਸਰ ਪਊ ਜਾਂ ਉਹਨਾਂ ਦਾ ਵੀ ਨਹੀਂ ਪੈਣਾ। ਦੇਖੋ ਅਸਰ ਅਸੀਂ ਚੋਣ ਕੰਪੇਨ ਕਰਨ ਚੱਲ ਰਹੇ ਹਾਂ, ਨਹੀਂ ਮੈਂ ਹਰ ਇੱਕ ਘਰ ਘਰ ਜਾ ਕੇ ਉਹਨਾਂ ਨੇ ਵੀ ਸੁਨੇਹਾ ਦੇਣ ਲੱਗੇ ਆ, ਉਹਨਾਂ ਨੇ ਵੀ ਤਾਂ ਚੋਣਾਂ ਕਰਕੇ ਸਾਡੇ ਉਹਨਾਂ ਨੇ ਕਿਹੜਾ ਉੱਥੇ ਜਾ ਕੇ, ਨਹੀਂ ਉਹਨਾਂ ਨੇ ਲੀਡਰਸ਼ਿਪ ਕਰਨੀ ਆ, ਅਸੀਂ ਪਾਰਟੀ ਕਰਨਾ। ਇੱਕ ਲੀਡਰਸ਼ਿਪ, ਇੱਕ ਲੀਡਰ ਜਾ ਕੇ ਕਰਨਾ, ਇੱਕ ਵਰਕ ਕਰਨਾ। ਲੀਡਰੀ ਤੇ ਵਰਕ ਦੇ ਵਿੱਚ ਫਰਕ ਆ, ਸਾਡਾ ਵਰਕਰ ਜਾ ਰਿਹਾ ਵਾ ਡੋਰ ਟੂ ਡੋਰ, ਉਹਨਾਂ ਦੇ ਲੀਡਰ ਜਾ ਰਹੇ ਤੇ ਉਹਨਾਂ ਉਹ ਲੀਡਰ ਬਣ ਕੇ ਜਾ ਰਹੇ। ਚਲੋ ਬੜੀ ਖੁਸ਼ੀ ਹੋਈ ਕਿ ਆਮ ਆਦਮੀ ਪਾਰਟੀ 'ਚ ਵਰਕਰ ਵੀ ਆ ਗਿਆ, ਅੱਜ ਕੱਲ੍ਹ ਲੀਡਰ ਜ਼ਿਆਦਾ ਸੀ। ਨਹੀਂ ਨਹੀਂ ਵਰਕਰ ਸਾਡੇ ਵਾਲਾ ਜੀ, ਸਾਡੇ ਤਾਂ ਹਰ ਇੱਕ ਵਰਕਰ ਆ। ਚਲੋ ਬੜੀ ਲੀਡਰ ਬਹੁਤ ਘੱਟ ਆ ਸਾਡੇ। ਵਰੁਣ ਜੀ ਤੁਸੀਂ ਕਿਵੇਂ ਵੇਖਦੇ ਹੋ ਸੁਖਦੇਵ ਢੀਂਡਸੇ ਉਹਨਾਂ ਦਾ ਉੱਥੇ ਪਹੁੰਚਣਾ? ਜੀ ਕਾਂਗਰਸ ਨਾਲ ਤਾਂ ਢੀਂਡਸਾ ਸਾਹਿਬ ਨਹੀਂ ਜਾ ਸਕਦੇ ਜੀ, ਕਾਂਗਰਸ ਨੂੰ ਕੋਈ ਹਿਲਜੁਲ ਹੁੰਦੀ ਲੱਗਦੀ ਦਿੱਲੀ 'ਚ ਇਹਦੇ ਨਾਲ ਸਮੀਕਰਨ ਹੇਠ ਉੱਤੇ, ਕਿਉਂਕਿ ਤੁਸੀਂ ਮੰਨਦੇ ਹੋ ਸਿੱਧੀ ਲੜਾਈ ਆਪਣੀ ਆਮ ਆਦਮੀ ਪਾਰਟੀ ਨਾਲ, ਹਾਲਾਂਕਿ ਕੇਜਰੀਵਾਲ ਕਿਸੇ ਨਾਲ ਨਹੀਂ ਮੰਨਦਾ। ਚਲੋ ਕੇਜਰੀਵਾਲ ਜੀ ਦੇ ਘਮੰਡ ਨੇ ਉਹਨਾਂ ਨੂੰ ਲੈ ਕੇ ਬਹਿ ਜਾਣਾ ਵਾ ਪੰਜਾਬ ਦੇ ਵਿੱਚ, ਪਰ ਉਦਾਂ ਉਹਨਾਂ ਦਾ ਉਹਨਾਂ ਦੇ ਕੰਮ ਕੰਮ ਕੀਤੇ ਉੱਥੇ ਡੱਲਾ ਜੀ, ਮੇਰੀ ਪੰਜਾਬ 'ਚ ਕਾਂਗਰਸ ਦੀ ਸਰਕਾਰ ਨਾਲੋਂ ਵਧੀਆ ਕੰਮ ਕੀਤੇ ਡੱਲਾ ਜੀ। ਮੈਂ ਹਮੇਸ਼ਾ ਇੱਕ ਗੱਲ ਨੂੰ ਕਹੀ ਹੈ ਕਿ ਬੇਸ਼ੱਕ ਕਾਂਗਰਸ ਗੈਰ ਕਾਂਗਰਸੀ ਵਿਚਾਰਧਾਰਾ ਵਾਲੀ ਵੀ ਜਿਹੜੀ ਸਰਕਾਰ ਜਾਂ ਲੀਡਰ ਹੈ, ਜਿਹੜਾ ਲੋਕ ਪੱਖੀ ਹੈ ਉਹਦੀ ਸ਼ਲਾਘਾ ਕਰਨੀ ਚਾਹੀਦੀ ਹੈ। ਕਰੋਗੇ ਕੇਜਰੀਵਾਲ ਦੀ? ਨਹੀਂ ਮੇਰੀ ਮੇਰੀ ਗੱਲ ਸੁਣ ਲਓ, ਮੈਂ ਜਿਹੜੀ ਗੱਲ ਤੁਹਾਨੂੰ ਕਰਨ ਲੱਗਾ, ਤੁਸੀਂ ਗੱਲ ਜਿੱਥੇ ਸ਼ੁਰੂ ਕੀਤੀ ਢੀਂਡਸਾ ਸਾਹਿਬ ਵਾਲਾਂ ਦੀ, ਦੇਖੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦਾ ਕੱਦ ਬਹੁਤ ਵੱਡਾ, ਮੈਂ ਉਹਨਾਂ ਬਾਰੇ ਗੱਲ ਕਰਦਾ ਚੰਗਾ ਨਹੀਂ ਲੱਗਦਾ। ਬਹੁਤ ਸੀਨੀਅਰ ਆਗੂ ਨੇ ਪੰਜਾਬ ਦੇ ਅੰਦਰ, ਬੇਸ਼ੱਕ ਅਕਾਲੀ ਰਾਜਨੀਤੀ ਦੇ ਵਿੱਚ ਰਹੇ ਨੇ, ਕਈ ਵਾਰ ਲੋਕ ਸਭਾ ਰਾਜ ਸਭਾ ਦੇ ਮੈਂਬਰ ਰਹੇ ਨੇ, ਮੰਤਰੀ ਰਹੇ ਨੇ, ਭਾਰਤ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ, ਕਿਤੇ ਨਾ ਕਿਤੇ ਆਧਾਰ ਜ਼ਰੂਰ ਹੁੰਦਾ ਵਾ ਕੁਝ ਲੋਕਾਂ ਦੇ ਅੰਦਰ। ਜ਼ਰੂਰੀ ਨਹੀਂ ਹੈ ਕਿ ਜਨਤਕ ਤੌਰ 'ਤੇ ਉਹਨਾਂ ਲਈ ਲੱਖਾਂ ਬੰਦੇ ਦੀ ਰੈਲੀ ਦਿੱਲੀ ਦੇ ਵਿੱਚ ਹੋਵੇ, ਪਰ ਕੁਝ ਲੋਕ ਵਿਚਾਰਿਕ ਤੌਰ 'ਤੇ, ਨੈਤਿਕ ਤੌਰ 'ਤੇ ਸਮਰਥਨ ਕਰਦੇ ਹੁੰਦੇ ਨੇ। ਗੱਲ ਉਹਨਾਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਹੁੰਦੀ ਹੈ, ਉਹਨਾਂ ਲੋਕਾਂ ਨੂੰ ਕਨਵਿੰਸ ਕਰਨ ਦੀ ਹੁੰਦੀ। ਬਿਲਕੁਲ, ਤੁਸੀਂ ਬੜੀ ਢੀਂਡਸਾ ਸਾਹਿਬ ਜਦੋਂ ਜਾ ਕੇ ਉੱਥੇ, ਕਿਤੇ ਨਾ ਕਿਤੇ ਤਾਂ ਅਗਲੇ ਜਾਣਗੇ, ਕੁਝ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਗੇ, ਜਿਹੜੀਆਂ ਉੱਥੇ ਅਕਾਲੀ ਦਲ ਦੀ ਖਿਲਾਫਤ ਕਰਨ ਵਾਲੀ ਲੀਡਰਸ਼ਿਪ ਹੈ ਉਹਨੂੰ ਇਕਜੁੱਟ ਕਰਕੇ ਕੋਈ ਨਾ ਕੋਈ ਸੁਨੇਹਾ ਦੇ ਸਕਦੇ ਆ। ਇੱਕ ਗੱਲ ਹੋਰ ਕਹਿੰਦੇ ਹੋਏ ਆਪਣੀ ਗੱਲ ਖਤਮ ਕਰਨਾ, ਜਿੱਥੇ ਤੁਸੀਂ ਗੱਲ ਕੀਤੀ ਕੇਜਰੀਵਾਲ ਜੀ ਦੀ, ਡੱਲਾ ਜੀ ਦੇਖੋ ਜਿਹੜੀ ਸਰਕਾਰ ਲੋਕਾਂ ਲਈ ਕੰਮ ਕਰੇਗੀ ਉਹ ਹੱਕਦਾਰ ਹੈ, ਠੀਕ ਹੈ, ਪਰ ਆਮ ਆਦਮੀ ਪਾਰਟੀ ਦੀ ਕਥਨੀ ਔਰ ਕਰਨੀ 'ਚ ਹਮੇਸ਼ਾ ਫਰਕ ਹੈ। ਮੈਨੂੰ ਬੜਾ ਫਰਕ ਹੈ, ਤੁਸੀਂ ਦੇਖੋ ਗੱਲ, ਮੈਂ ਇਹਨਾਂ ਦੀ ਬਲੌਰ ਸਿੰਘ ਜੀ ਦੀ ਗੱਲ ਦੇ ਨਾਲ ਬੜਾ ਸਹਿਮਤ ਹਾਂ। ਇੱਕ ਗੱਲ ਇਹਨਾਂ ਨੇ ਜਿਹੜੀ ਕਹੀ ਕਿ ਜੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ, ਦੇਖੋ ਅਕਾਲੀ ਦਲ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ, ਅਸੀਂ ਕਾਂਗਰਸ ਦੀ ਵਿਚਾਰਧਾਰਾ ਲੋਕਾਂ ਦੇ ਲਈ ਗੱਲ ਕਰਨੀ ਆ, ਪਰ ਕਿਸੇ ਲੀਡਰ ਨੂੰ, ਕੋਈ ਵੀ ਲੀਡਰ ਹੈ ਜਿਹੜਾ ਜਨਤਕ ਤੌਰ 'ਤੇ ਕਿਤੇ ਇੱਕ ਨਤੀਜੇ 'ਤੇ ਪਹੁੰਚਿਆ, ਉਹਨੂੰ ਘੱਟ ਆਖਿਆ ਜਾਵੇ ਮਾੜੀ ਗੱਲ ਹੈ। ਇੱਕ ਇੱਕ ਗੱਲ ਇਹਨਾਂ ਨੇ ਕਹਿਤਾ ਵੀ ਇਹ ਲੀਡਰ ਦਿੱਲੀ ਜਾ ਕੇ ਕੀ ਕਰ ਲੈਣਗੇ, ਸਗੋਂ ਇਹ ਚੰਗੀ ਗੱਲ ਹੈ ਜਿਹੜੀ ਇਹਨਾਂ ਨੇ ਇੱਕ ਐਡਾ ਵੱਡਾ ਸੁਨੇਹਾ ਦਿੱਤਾ। ਜੇ ਇਹੀ ਸੁਨੇਹਾ ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ 2017 'ਚ ਦੇ ਦਿੰਦੇ ਤਾਂ ਸ਼ਾਇਦ ਇਹਨਾਂ ਦਾ ਨਕਸ਼ਾ ਕੁਝ ਹੋਰ ਹੁੰਦਾ, ਕਿ ਦਿੱਲੀ ਵਾਲਿਆਂ ਨੇ ਇੱਥੇ ਆ ਕੇ ਇਹਨਾਂ ਦਾ ਨਕਸ਼ਾ ਵਿਗਾੜਤਾ। ਪੰਜਾਬ ਵਾਲਿਆਂ ਨੂੰ ਤਾਂ ਕਹਿੰਦੇ ਕੀ ਕਰ ਲੈਣਗੇ, ਜਿਨ੍ਹਾਂ ਦੇ ਤਾਂ ਫਿਰ ਰਾਬਤਾ ਹੈਗਾ, ਜਿਹਨੇ ਲੋਕਾਂ ਦਾ ਲੈਣਾ ਦੇਣਾ ਨਹੀਂ ਸੀ ਪੰਜਾਬ ਦੇ ਨਾਲ, ਉਹਨਾਂ ਨੇ ਇਹਨਾਂ ਦੀ ਪਾਰਟੀ ਨੂੰ ਡੱਬਾ ਬੰਦ ਕਰਤਾ, ਇਹ ਸੁਨੇਹਾ ਉਹਨਾਂ ਨੂੰ ਦਿੰਦੇ। ਤੁਸੀਂ ਵੀ ਆਪਣੀ ਗੱਲ ਕਰਤੀ, ਕੋਈ ਨਹੀਂ ਤੁਹਾਡੀ ਗੱਲ ਬਰਾਬਰ 'ਚ ਆ ਗਈ। ਹਰਸ਼ ਜੀ ਤੁਸੀਂ ਕਿਵੇਂ ਵੇਖਦੇ ਹੋ, ਵਾਜਪਾਈ ਸਾਹਿਬ ਦੇ ਮੰਤਰੀ ਸੀ ਸੁਖਦੇਵ ਢੀਂਡਸਾ, ਵੱਡਾ ਕੱਦ ਹੈ, ਕਹਿੰਦੇ ਬੀਜੇਪੀ ਬੜੀ ਚਿੰਤਤ ਹੈ ਵੀ ਢੀਂਡਸਾ ਸਾਹਿਬ ਆ ਕੇ ਕੋਈ ਵੱਖਰਾ ਫੈਸਲਾ ਨਾ ਕਰ ਲੈਣ, ਕਿਉਂਕਿ ਤੁਹਾਡਾ ਫੁੱਲ ਤਕੜੀ ਨਾਲ ਸਾਂਝ ਹੈ ਉੱਥੇ ਫੁੱਲ ਦੀ। ਦੇਖੋ ਬੀਜੇਪੀ ਨੂੰ ਤਾਂ ਕੋਈ ਚਿੰਤਾ ਹੈ ਹੀ ਨਹੀਂ, ਬੀਜੇਪੀ ਨੈਸ਼ਨਲ ਪਾਰਟੀ ਹੈ, ਉਹ ਆਪਣੇ ਏਜੰਡਿਆਂ ਅਤੇ ਆਪਣੀ ਪਲੈਨਿੰਗ ਦੇ ਨਾਲ ਦਿੱਲੀ 'ਚ ਚੁਣਾਵ ਲੜ ਰਹੀ ਹੈ। ਸੁਖਦੇਵ ਢੀਂਡਸਾ ਜੀ ਸਾਰੀ ਉਮਰ ਐਂਟੀ ਕਾਂਗਰਸ ਰਾਜਨੀਤੀ ਉਹਨਾਂ ਨੇ ਕੀਤੀ ਹੈ, ਸਰਨਾਈ ਉਹਨਾਂ ਦੀ ਰਾਜਨੀਤੀ ਆਪਾਂ ਸਾਰੇ ਜਾਣਦੇ ਹਾਂ ਵੀ ਪ੍ਰੋ ਕਾਂਗਰਸ ਰਹੀ ਹੈ। ਸੋ ਅੱਜ ਇਹ ਇਕੱਠੇ ਹੋ ਗਏ ਕੀ ਕਰਨਗੇ, ਤਾਂ ਇਹ ਅਸੀਂ ਹੁਣੀ ਤੋਂ ਅੰਦਾਜ਼ੇ ਲਗਾਉਣ ਜੇ ਲੱਗ ਜਾਈਏ ਤਾਂ ਮੈਨੂੰ ਲੱਗਦਾ ਉਹ ਠੀਕ ਨਹੀਂ ਹੈ। ਸੋ ਬੀਜੇਪੀ ਨੂੰ ਤਾਂ ਵੈਸੇ ਵੀ ਇਹ ਵੀ ਹੋ ਸਕਦਾ ਵੀ ਇਕੱਠੇ ਹੋ ਕੇ ਲੋਕਾਂ ਨੂੰ ਕਹਿਣ ਕਿ ਆਪਣੇ ਵਿਵੇਕ ਮੁਤਾਬਕ ਚੰਗੇ ਉਮੀਦਵਾਰ ਨੂੰ ਵੋਟ ਪਾ ਦਿਓ। ਚਲੋ ਇਹ ਤਾਂ ਸਾਰੇ ਹੀ ਕਹਿੰਦੇ ਆ, ਇਹ ਕੌਣ ਨਹੀਂ ਕਹਿੰਦਾ ਵੀ ਤੁਸੀਂ ਅੱਖਾਂ ਬੰਦ ਕਰਕੇ ਵੋਟ ਪਾਓ, ਇਹ ਤਾਂ ਕੋਈ ਵੀ ਨਹੀਂ ਕਹਿੰਦਾ, ਸਾਰੇ ਹੀ ਇਹ ਕਹਿੰਦੇ ਆ ਵੀ ਆਪਣੇ ਵਿਵੇਕ ਨਾਲ, ਆਪਣੀ ਸਮਝਦਾਰੀ ਨਾਲ ਵੋਟ ਪਾਓ। ਸੁਖਦੇਵ ਢੀਂਡਸਾ ਜੀ ਸਾਰੀ ਉਮਰ ਐਂਟੀ ਕਾਂਗਰਸ ਰਹੇ ਆ, ਸਰਨਾ ਜਿਹੜੇ ਗਰੁੱਪ ਹੈ ਉਹ ਪ੍ਰੋ ਕਾਂਗਰਸ ਰਿਹਾ, ਕਬਜ਼ਾ ਉੱਥੇ ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਆ ਉਹਦੇ 'ਤੇ ਅਕਾਲੀ ਦਲ ਦਾ।
ਸੋ ਇਹ ਜਿਹੜੇ ਉੱਥੇ ਹੋਰ ਸਪਲਿੰਟਰ ਗਰੁੱਪ ਛੋਟੇ ਛੋਟੇ ਤੋਂ ਜਿਹੜੇ ਤੁਸੀਂ ਨਾਮ ਲਏ ਆ, ਇਹ ਇਕੱਠੇ ਹੋ ਕੇ ਕੁਛ ਕਰਨਗੇ ਜਾਂ ਨਹੀਂ ਕਰਨਗੇ ਜਾਂ ਕੀ ਕਰਨਗੇ, ਇਹ ਤਾਂ 18 ਜਨਵਰੀ ਦੀ ਉਹਨਾਂ ਦੀ ਮੀਟਿੰਗ ਹਲੇ ਦੱਸੇਗੀ। ਅਤੇ ਬੀਜੇਪੀ ਨੂੰ ਇਹਦੇ ਨਾਲ ਕਿਸੇ ਰੱਤੀ ਭਰ ਦੇਣੀ ਚਿੰਤਾ, ਅਸੀਂ ਆਪਣੀ ਪਲੈਨਿੰਗ ਆਪਣੇ ਏਜੰਡਿਆਂ 'ਤੇ ਚੁਣਾਵ ਲੜ ਰਹੇ। ਬਿਲਕੁਲ ਠੀਕ ਹੈ, ਚਲੋ ਵੈਸੇ ਅੱਜ ਕੱਲ੍ਹ ਵਕਤ ਹੋਇਆ, ਹਰ ਕਿਸੇ ਕੋਲ ਵਿਵੇਕ ਹੁੰਦਾ ਹੀ ਹੈ, ਸੋ ਸਾਰੇ ਆਪਣੇ ਵਿਵੇਕ ਦੇ ਨਾਲ ਜ਼ਰੂਰ ਸੋਚਣਗੇ। ਬਹੁਤ ਬਹੁਤ ਧੰਨਵਾਦ ਬਲੌਰ ਸਿੰਘ ਜੀ, ਤੁਸੀਂ ਗੱਲ ਰੱਖੀ, ਵਰੁਣ ਮਹਿਤਾ ਜੀ ਤੁਸੀਂ ਵੀ ਆਪਣਾ ਪੱਖ ਰੱਖਿਆ, ਔਰ ਐਡਵੋਕੇਟ ਹਰਸ਼ ਸ਼ਰਮਾ ਬੀਜੇਪੀ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਵੀ ਕੋਈ ਆਪਣੀ ਗੱਲ ਰੱਖਣੀ ਚਾਹੋ, ਕਿਸੇ ਗੱਲ ਨਾਲ ਤੁਹਾਡੀ ਅਸਹਿਮਤੀ ਹੈ ਤਾਂ ਤੁਹਾਡੀ ਗੱਲ ਦਾ ਸਵਾਗਤ ਹੈ। ਬਹੁਤ ਧੰਨਵਾਦ, ਮੇਰਾ ਨੰਬਰ ਚੱਲ ਰਿਹਾ, ਤੁਸੀਂ ਸੰਪਰਕ ਕਰ ਸਕਦੇ ਹੋ।